ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਇੱਕ ਪਰਿਵਾਰ ਵਾਕਣ ਬੈਠਦੇ ਹਾਂ ਔਰ ਬਹੁਤ ਸਾਰੇ ਸਾਡੇ ਜਿਹੜੇ ਕਹਿੰਦੇ ਆ ਨਾ ਕਿ ਡ੍ਰੀਮਸ ਸਿਮਿਲਰ ਹੈ, ਕਿੱਥੋਂ ਵੀ ਅਸੀਂ ਆਏ ਹਾਂ, ਬੜੀ ਬੜੀ ਡਿਫਰੈਂਟ ਜਗ੍ਹਾਵਾਂ ਤੋਂ ਆਏ ਹਾਂ, ਡਿਫਰੈਂਟ ਕੰਟਰੀਜ਼ ਤੋਂ ਵੀ ਆਏ ਹਾਂ, ਅਗਰ ਸੇਮ ਕੰਟਰੀ ਤੋਂ ਆਏ ਤਾਂ ਡਿਫਰੈਂਟ ਸ਼ਹਿਰਾਂ ਤੋਂ ਆਏ ਹਾਂ। ਜੋ ਕੋਮਨ ਸਾਡੇ ਵਿੱਚ ਹੈਗਾ ਉਹ ਇਹ ਜ਼ਰੂਰ ਹੈ ਕਿ ਬਹੁਤ ਵਾਰੀ ਅਸੀਂ ਇੱਕ ਬਿਹਤਰ ਫਿਊਚਰ ਵਾਸਤੇ ਯੂ ਨੋ ਆਪਣਾ ਲਾਈਫ ਆਪਣਾ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ ਸਾਰੇ ਇੱਥੇ ਆਏ ਹਾਂ। ਡੈਸਟਨੀ, ਜਾਂ ਆਈ ਡੋ ਬਿਲੀਵ ਇਨ ਡੈਸਟਨੀ। ਸੋ ਕਹਿੰਦੇ ਆ ਨਾ ਰੋਜ਼ੀ ਲੈ ਆਉਂਦੀ ਹੈ, ਅਸੀਂ ਕੋਸ਼ਿਸ਼ ਨਹੀਂ ਕੀਤੀ, ਕਈਆਂ ਨੇ ਬਹੁਤ ਕੋਸ਼ਿਸ਼ ਕਰਕੇ ਆਏ, ਕਈ ਕੋਸ਼ਿਸ਼ ਦੇ ਬਿਨਾਂ ਹੀ ਆਪਣੀ ਐਫਰਟ ਇੰਨੀ ਨਹੀਂ ਸੀ, ਪਰ ਰੋਜ਼ੀ ਆਪਣੇ ਆਪ ਕੋਈ ਸਬਾ ਬੈਂਚ ਬਣਾਉਂਦੀ ਹੈ। ਬਟ ਸਾਡੇ 'ਚੋਂ ਬਹੁਤ ਸਾਰੇ ਹੈ ਜਿਹੜੇ ਮੰਨਦੇ ਆ ਕਿ ਚਲੋ ਆਪਣਾ ਤਾਂ ਨਿਕਲ ਗਿਆ, ਬੱਚਿਆਂ ਦੇ ਬਿਹਤਰ ਵਾਸਤੇ, ਬੱਚਿਆਂ ਦੇ ਫਿਊਚਰ ਦੇ ਵਾਸਤੇ ਅਸੀਂ ਇੱਥੇ ਆਏ, ਬੱਚਿਆਂ ਦੀ ਅੱਛੀਆਂ ਜ਼ਿੰਦਗੀਆਂ ਬਣ ਜਾਣ ਇਸ ਵਾਸਤੇ ਇੱਥੇ ਆਏ ਹਾਂ। ਫਿਰ ਇਹ ਜਿਹੜਾ ਸਾਡਾ ਇੱਕ ਖਾਸ ਹੈਗਾ ਕਿ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ, ਉਹ ਫਿਰ ਆਈ ਥਿੰਕ ਬਾਕੀ ਕਲਚਰਸ ਨਾਲੋਂ ਸਾਡਾ ਇੰਡੀਅਨ ਕਲਚਰ, ਪੰਜਾਬੀ ਕਲਚਰ ਬਹੁਤ ਇਨਵੋਲਵਡ ਰਹਿੰਦਾ ਹੈ। ਯੂ ਨੋ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀਆਂ ਦੇ ਵਿੱਚ ਉਹ ਪੜ੍ਹਦੇ ਕਿਵੇਂ ਨੇ, ਉਹ ਕਿਵੇਂ ਉੱਠਦੇ ਬੈਠਦੇ ਨੇ, ਉਹਨਾਂ ਨੂੰ ਚੰਗੇ ਮੈਨਰਸ ਆਏ ਕਿ ਨਹੀਂ ਆਏ, ਖਾਣਾ ਪੀਣਾ ਸਾਰੀਆਂ ਪੰਜਾਬੀ ਮਾਵਾਂ ਕਹਿੰਦੇ ਨਹੀਂ ਇੱਕੋ ਟੈਕਸਟ ਹੈ ਜਿਹੜਾ ਸੇਮ ਹੁੰਦਾ ਉਹਨਾਂ ਦਾ, ਜਾਂ ਫੋਨ 'ਤੇ ਇੱਕੋ ਗੱਲ ਹੁੰਦੀ ਵੀ ਤੂੰ ਖਾਧਾ ਕਿ ਨਹੀਂ ਖਾਧਾ, ਤੂੰ ਕੀ ਖਾਧਾ, ਜਿੰਨਾ ਮਰਜ਼ੀ ਵੱਡਾ ਬੰਦਾ ਹੋ ਜਾਏ। ਸੋ ਉਹ ਜਿਹੜੀ ਸਿਮਿਲੈਰਿਟੀ ਹੈ ਕਿ ਅਸੀਂ ਇਨਵੋਲਵ ਰਹਿੰਦੇ ਹਾਂ ਬੱਚਿਆਂ ਦੇ, ਪੜ੍ਹਿਆ ਪੜ੍ਹ ਕੇ ਹਟੇ ਤਾਂ ਚਲੋ ਹੁਣ ਕਮਾਉਂਦੇ ਕੀ ਹੈ, ਉਹਨਾਂ ਦਾ ਫਿਕਰ, ਉਹਨਾਂ ਦਾ ਕੰਸਰਨ, ਉਹਨਾਂ ਦੀ ਹੋ ਸਕੇ ਤਾਂ ਸੋ ਯੂ ਨੋ ਕਿ ਤੁਸੀਂ ਸਾਡੀ ਕੀ ਮਦਦ ਚਾਹੁੰਦੇ ਹੋ। ਸੋ ਉਹਦੇ ਵਿੱਚ ਹੀ ਟ੍ਰਡੀਸ਼ਨਸ ਫੋਲੋ ਕਰਨ, ਕਲਚਰ ਫੋਲੋ ਕਰੇ, ਇਹ ਸਾਡਾ ਕੰਸਰਨ ਹਰ ਵੇਲੇ ਰਹਿੰਦਾ। ਫਿਰ ਆਉਂਦੀ ਹੈ ਸ਼ਾਦੀ, ਵਿਆਹ, ਮੈਰਿਜ, ਜਿਹੜੇ ਕਿ ਸਾਡੇ ਕਲਚਰ ਦੇ ਵਿੱਚ ਲੱਗਦਾ ਕਿ ਅਸੀਂ ਸਿਰਫ ਜਿਵੇਂ ਅਕਸਰ ਸੁਣਦੇ ਹਾਂ ਕਿ ਮੁੰਡੇ ਕੁੜੀ ਦਾ ਵਿਆਹ ਨਹੀਂ ਹੋ ਰਿਹਾ, ਪਰਿਵਾਰਾਂ ਦਾ ਵਿਆਹ ਹੋ ਰਿਹਾ, ਕਮਿਊਨਿਟੀ ਦੇ ਵਿੱਚ ਅਗਰ ਵਿਆਹ ਹੋਇਆ ਤਾਂ ਮਤਲਬ ਪਰਿਵਾਰ ਜੁੜ ਰਹੇ ਨੇ। ਸੋ ਪਰਿਵਾਰ ਦੇ ਵਿੱਚ ਵਿਆਹ ਹੋਣਾ, ਸਾਡੇ ਵਿਆਹ ਦੇਖ ਕੇ ਦੁਨੀਆ ਵੀ ਕਹਿੰਦੀ ਹੈ ਕਿ ਇਹ ਸਾਰੇ ਜਿਵੇਂ ਨਾ ਸਭ ਇੰਨੇ ਖੁਸ਼ ਨਜ਼ਰ ਆਉਂਦੇ ਨੇ ਜਿਵੇਂ ਉਹਨਾਂ ਦੇ ਘਰ ਹੀ ਵਿਆਹ। ਸੋ ਵਿਆਹ ਸਾਡੀ ਜ਼ਿੰਦਗੀ ਦਾ ਕਾਫੀ ਇੰਪੋਰਟੈਂਟ ਇੱਕ ਪਹਿਲੂ ਹੈਗਾ, ਬੱਚਿਆਂ ਦਾ ਵਿਆਹ ਖਾਸ ਤੌਰ 'ਤੇ ਕਿ ਉਹ ਕਿਹਦੇ ਨਾਲ ਵਿਆਹ ਕਰ ਰਹੇ, ਅਸੀਂ ਹਮੇਸ਼ਾ ਉਹਦੇ ਵਿੱਚ ਇਨਵੋਲਵ ਰਹਿੰਦੇ ਹਾਂ। ਇਨਵੋਲਵ ਰਹਿਣਾ ਬਹੁਤ ਅੱਛੀ ਗੱਲ ਹੈ, ਉਹਨਾਂ ਨੂੰ ਗਾਈਡ ਕਰਨਾ, ਪਰ ਫਿਰ ਦਿਮਾਗ 'ਚ ਆਉਂਦਾ ਕਿ ਕਦੋਂ ਇਹ ਇਨਵੋਲਵਮੈਂਟ ਕੰਟਰੋਲ ਬਣ ਜਾਂਦੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬੱਚਾ ਉਹੀ ਕਰੇ ਜੋ ਅਸੀਂ ਕਹਿ ਰਹੇ ਹਾਂ। ਕੁਛ ਹੱਦ ਤੱਕ ਗਾਈਡੈਂਸ ਉਹ ਵੀ ਅਸੀਂ ਕਰਨੀ ਹੈ, ਬੱਚੇ ਛੋਟੇ ਹੈ, ਅਸੀਂ ਹਮੇਸ਼ਾ ਕੋਈ ਡਿਸਕ੍ਰਿਪੈਂਸੀ ਆਉਂਦੀ, ਕਹਿੰਦੇ ਬੱਚਾ ਕਿੰਨਾ ਵੱਡਾ, ਛੋਟਾ ਹੈ ਤਾਂ ਉਹਨੂੰ ਗਾਈਡ ਕਰੋ, ਥੋੜ੍ਹਾ ਹੋਰ ਵੱਡਾ ਹੋ ਗਿਆ ਤਾਂ ਉਹਦੀ ਸੁਣੋ, ਯੂ ਨੋ ਫਿਰ ਉਸ ਤੋਂ ਵੱਡਾ ਹੋ ਗਿਆ ਤਾਂ ਉਹਨੂੰ ਕਰਨ ਦਿਓ ਆਪਣੀ। ਸੋ ਇਹ ਸਾਰੀਆਂ ਚੀਜ਼ਾਂ, ਪਰ ਡੈਫੀਨੇਟਲੀ ਅਸੀਂ ਸੋਚਦੇ ਹਾਂ ਕਿ ਉਹਦੇ ਵਾਸਤੇ ਬੈਸਟ ਕੀ ਹੈ, ਸ਼ਾਇਦ ਸਾਨੂੰ ਜ਼ਿਆਦਾ ਪਤਾ ਉਹਦੇ ਤੋਂ। ਬਟ ਓਵਰਆਲ ਇੱਕ ਅੱਜ ਜਿਹੜੀ ਸਾਡੀ ਗੱਲ ਹੋ ਰਹੀ ਹੈ ਇੱਥੇ, ਜ਼ਰੂਰ ਕਿਸੇ ਇੱਕ ਯੂ ਨੋ ਚੀਜ਼ ਦੇ ਵਿੱਚ ਮੈਨੂੰ ਇਹ ਟ੍ਰਿਗਰ ਹੋਇਆ ਕਿ ਜ਼ਰੂਰ ਗੱਲ ਕਰੀਏ, ਆਪਣੇ ਪਰਿਵਾਰ ਦੇ ਵਿੱਚ ਇਹ ਗੱਲ ਹੋਣੀ ਬੜੀ ਜ਼ਰੂਰੀ ਹੈ ਕਿ ਵੇਅਰ ਟੂ ਡਰਾਅ ਦ ਲਾਈਨ, ਬੱਚਿਆਂ ਨੂੰ ਕਿੰਨਾ ਕੁ ਅਸੀਂ ਇਨਵੋਲਵ ਹੋਣਾ, ਕਿੰਨਾ ਉਹਨਾਂ ਨੂੰ ਆਪਣੀ ਖੁੱਲ੍ਹ ਛੁੱਟੀ ਦੇ ਦੇਣੀ ਹੈ, ਯੂ ਨੋ ਖੁੱਲ੍ਹ ਦੇ ਦੇਣੀ ਹੈ, ਛੁੱਟੀ ਦੇ ਦੇਣੀ ਹੈ, ਔਰ ਕਿੰਨਾ ਤੁਸੀਂ ਕੰਟਰੋਲ ਕਰ ਸਕਦੇ ਹੋ ਕਿ ਨਹੀਂ ਤੂੰ ਉਹੀ ਕਰਨਾ ਜੋ ਮੈਂ ਕਹਿ ਰਿਹਾ, ਇਹਨੂੰ ਡਰਾਅ ਕਿਵੇਂ ਕਰਨਾ, ਬੜਾ ਮੁਸ਼ਕਿਲ। ਆਈ ਥਿੰਕ ਐਜ਼ ਅ ਪੇਰੈਂਟ ਸਾਨੂੰ ਪਤਾ ਹੈ ਕਿ ਅਸੀਂ ਕਿਤੇ ਪਿੱਛੇ ਥੋੜ੍ਹੇ ਹੋ ਜਾਂਦੇ ਹਾਂ ਕਿ ਚਲੋ ਤੁਸੀਂ ਕਰੋ, ਅਤੇ ਫਿਰ ਕਹਾਂਗੇ ਕਿ ਨਹੀਂ ਹੁਣ ਇੱਥੇ ਜੰਮ, ਐਂਡ ਦੈਨ ਫਿਰ ਇਨਵੋਲਵ ਹੋ ਜਾਂਦੇ ਹਾਂ। ਸੋ ਤੁਹਾਡਾ ਕੀ ਕਹਿਣਾ, ਖਾਸ ਤੌਰ 'ਤੇ ਵਿਆਹ ਦੇ ਮਾਮਲੇ 'ਚ ਅੱਜ ਗੱਲ ਕਰਦੇ ਹਾਂ ਕਿ ਜਦੋਂ ਬੱਚੇ ਕੋਈ ਪਸੰਦ ਕਰ ਲੈਣ ਤਾਂ ਅਸੀਂ ਹਮੇਸ਼ਾ ਸਾਨੂੰ ਲੱਗਦਾ ਹੈ ਜਿਵੇਂ ਕਿ ਸਾਨੂੰ ਪਤਾ ਹੈ ਕਿ ਇਹਨਾਂ ਨੂੰ ਕੀ ਚਾਹੀਦਾ, ਇਹਨਾਂ ਦੀ ਕਿਸ ਤਰ੍ਹਾਂ ਨਾਲ ਯੂ ਨੋ ਸਾਡਾ ਫਾਈਨੈਂਸ਼ੀਅਲ ਸਟੇਟਸ, ਮਿਲ ਜਿਵੇਂ ਗਿਆਨ ਸਿੰਘ ਜੀ ਵੀ ਕਈ ਵਾਰੀ ਕਹਿੰਦੇ ਨੇ ਕਿ ਮੇਲ ਹੋਣਾ ਚਾਹੀਦਾ, ਫਾਈਨੈਂਸ਼ੀਅਲ ਸਟੇਟਸ ਮਿਲਣਾ ਚਾਹੀਦਾ, ਐਜੂਕੇਸ਼ਨ ਮਿਲਣੀ ਚਾਹੀਦੀ ਹੈ, ਪਰਿਵਾਰਾਂ ਨੂੰ ਆਪਸ 'ਚ ਮਿਲਣਾ ਚਾਹੀਦਾ। ਪਰ ਅਗਰ ਬੱਚੇ ਕੋਈ ਉਸ ਚੀਜ਼ 'ਚੋਂ ਜਿਹੜੀ ਤੁਹਾਨੂੰ ਬਹੁਤ ਨਹੀਂ ਆਪਣੇ ਵਰਗਾ ਲੱਗ ਰਿਹਾ, ਹਟ ਕੇ ਕੋਈ ਪਸੰਦ ਕਰ ਰਹੇ ਹੁੰਦੇ, ਤਾਂ ਫਿਰ ਤੁਸੀਂ ਕੀ ਕਰਦੇ ਹੋ,
ਕਿੱਥੇ ਡਰਾਅ ਕਰਨੀ ਹੈ ਲਾਈਨ, ਪਲੀਜ਼ ਜ਼ਰੂਰ ਮੈਨੂੰ ਅੱਜ ਗੱਲ ਕਰੋ, ਕਾਲ ਕਰੋ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਸ਼ਾਇਦ ਇਹ ਛੋਟੀ ਗੱਲ ਨਹੀਂ ਹੈ, ਬੜਾ ਵੱਡਾ ਚੈਲੰਜ ਹੈ। ਐਂਡ ਆਈ ਐਮ ਸ਼ੋਰ ਕਿਉਂਕਿ ਅਸੀਂ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਜਾਣਦੇ ਹਾਂ, ਸਾਨੂੰ ਲੱਗਦਾ ਸਾਡੀ ਕਮਿਊਨਿਟੀ 'ਚ, ਪਰ ਇਹ ਇੱਕ ਇਨਸਾਨੀ, ਇੱਕ ਫੈਮਿਲੀ ਸਟਰਕਚਰ, ਇੱਕ ਹਰ ਇੱਕ ਦੀ ਇੱਕ ਹਿਊਮਨ ਚੈਲੰਜ ਹੋ ਸਕਦਾ ਹੈ ਕਿ ਜਦੋਂ ਤੁਸੀਂ ਇੱਕ ਖਾਸ ਤੌਰ 'ਤੇ ਡਿਫਰੈਂਟ ਕੰਟਰੀ 'ਚ ਆ ਜਾਂਦੇ ਹੋ ਜਿਹਦਾ ਕਲਚਰ ਤੁਹਾਨੂੰ ਇਹ ਲੱਗਦਾ ਕਿ ਬਹੁਤ ਫਰਕ ਹੈ ਸਾਡੇ ਆਪਣੇ ਕਲਚਰ ਤੋਂ, ਅਤੇ ਤੁਸੀਂ ਉਹਨੂੰ ਜੱਫੀ ਪਾ ਕੇ ਸੋਚਦੇ ਹੋ ਕਿ ਹਾਏ ਮੇਰਾ ਕਲਚਰ ਕੰਟੀਨਿਊ ਰਹੇ, ਔਰ ਫਿਰ ਜਦੋਂ ਦੂਸਰਾ ਮਿਕਸਚਰ, ਔਰ ਹੁਣ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਇੱਥੇ ਦਾ ਕਲਚਰ ਜਾਂ ਉੱਥੇ ਦੇ ਕਲਚਰ, ਇੰਡੀਆ 'ਚ ਵੀ ਅੱਗੇ ਹੋਰ ਚੱਲ ਰਿਹਾ, ਪਿੱਛੇ ਕੁਛ ਹੋਰ ਸੀਗਾ। ਸੋ ਜਨਰੇਸ਼ਨਲ ਵੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪਕੜ ਕੇ ਰੱਖਣਾ ਚਾਹੁੰਦੇ ਹਾਂ ਟ੍ਰੈਡੀਸ਼ਨਸ ਨੂੰ, ਕਲਚਰ ਨੂੰ। ਅੱਜ ਖਾਸ ਤੌਰ 'ਤੇ ਮੈਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਲਾਈਨ ਡਰਾਅ ਕਰਨੀ ਹੈ ਜਦ ਤੁਹਾਡੇ ਖਾਸ ਤੌਰ 'ਤੇ ਬੱਚਿਆਂ ਦੀ ਮੈਰਿਜ ਦੀ, ਵਿਆਹ ਦੀ ਗੱਲ ਹੁੰਦੀ ਹੈ। ਆਈ ਨੋ ਉਹ ਜ਼ਮਾਨਾ, ਔਰ ਜਿੱਥੇ ਹੁਣ ਵੀ ਪੋਸੀਬਲ ਹੈ ਉਹਨਾਂ ਨੂੰ ਮੁਬਾਰਕ ਕਿ ਹਾਂ ਅਰੇਂਜ ਮੈਰਿਜ ਕੀਤੀ, ਬੱਚਿਆਂ ਨੇ ਚੁੱਪ ਚਾਪ ਕਿਹਾ ਕਿ ਠੀਕ ਹੈ ਜੋ ਤੁਸੀਂ ਕਿਹਾ ਅਸੀਂ ਕਰ ਲਿਆ, ਪਰ ਜਿੱਥੇ ਥੋੜ੍ਹੀ ਉਹ ਚੀਜ਼ ਨਹੀਂ ਪੋਸੀਬਲ ਹੁੰਦੀ, ਜਿੱਥੇ ਬੱਚੇ ਆਪਣੇ ਆਪ ਕੁਛ ਪਸੰਦ ਕਰ ਰਹੇ ਆ ਔਰ ਤੁਹਾਨੂੰ ਉਹ ਲੱਗ ਰਿਹਾ ਕਿ ਇਹ ਠੀਕ ਨਹੀਂ ਹੈ, ਸੋ ਆਈ ਡੋਂਟ ਨੋ ਉੱਥੇ ਲਾਈਨ ਕਿਵੇਂ ਡਰਾਅ ਕਰਨੀ ਹੈ, ਕਿਉਂਕਿ ਕਈ ਵਾਰੀ ਫਿਰ ਉਸ ਕੰਟਰੋਲ ਇਸ਼ੂ ਦੇ ਵਿੱਚ ਕੁਛ ਐਕਸਟ੍ਰੀਮਸ ਹੋ ਜਾਂਦੀਆਂ, ਜਿਹੜੀ ਕਿ ਪੁੱਛੇ ਆਪਣੀ ਕਮਿਊਨਿਟੀ ਦੀ ਨਿਊਜ਼ ਸੀਗੀ, ਸ਼ਾਇਦ ਤੁਸੀਂ ਸੁਣੀ ਵੀ ਹੋਏ, ਉਹ ਸਾਰੀ ਆਲ ਓਵਰ ਨਿਊਜ਼ ਪੇਪਰਸ ਇੰਟਰਨੈਟ 'ਤੇ ਸੀਗੀ ਕਿ ਇੱਕ ਮੁੰਡਾ ਜਿਹੜਾ ਬੜਾ ਯੰਗ, ਯੂ ਨੋ, ਇੱਕ ਕੁੜੀ ਜਿਹਨੂੰ ਪਸੰਦ ਕਰਦਾ ਸੀ, ਉਹਦੇ ਨਾਲ ਕੁੜੀ ਦੇ ਪਿਓ ਨੇ ਕਹਿਤਾ, ਘਰ ਆ ਕੇ ਕਹਿਤਾ ਕਿ ਮੈਂ ਬਈ ਭੁੱਲ ਜਾਓ, ਇਹ ਵਿਆਹ ਨਹੀਂ ਹੋ ਸਕਦਾ। ਕੁਛ ਇੰਟਰਨੈਟ ਤੋਂ ਇਹ ਹੀ ਪਤਾ ਲੱਗਿਆ ਕਿ ਮੁੰਡਾ ਜਿਹੜਾ ਸੀਗਾ ਉਹਦੀ ਜੌਬ ਥੋੜ੍ਹੀ ਛੋਟੀ ਸੀ, ਐਂਡ ਜਿਹੜਾ ਕੁੜੀ ਦਾ ਪਿਓ ਸੀ ਉਹ ਕਾਫੀ ਅਮੀਰ ਸੀ। ਸੋ ਇੱਥੇ ਅਸੀਂ ਮੰਨਦੇ ਹਾਂ ਕਿ ਕੌਣ ਅਮੀਰ ਕੌਣ, ਉਹ ਬੱਚੇ ਜਦੋਂ ਇਕੱਠੇ ਪੜ੍ਹ ਰਹੇ ਹੋਣ, ਇੱਕੋ ਸਕੂਲਾਂ 'ਚ ਜਾ ਰਹੇ ਨੇ, ਉਸੇ ਏਰੀਆ 'ਚ ਰਹਿੰਦੇ ਆ, ਜ਼ੋਨਲ ਸਕੂਲ 'ਚ ਆ, ਅਤੇ ਉਹ ਉਹਨਾਂ ਨੂੰ ਪੇਰੈਂਟਸ ਦਾ ਨਹੀਂ ਪਤਾ ਹੁੰਦਾ, ਪਰ ਐਜ਼ ਪੇਰੈਂਟਸ ਸਾਨੂੰ ਪਤਾ ਕਿ ਅਸੀਂ ਸੋਚਦੇ ਹਾਂ ਕਿ ਨਹੀਂ ਮੈਚ ਦਾ ਹੋਣਾ ਚਾਹੀਦਾ। ਬੱਚਾ ਛੋਟਾ ਹੈ ਨਾ, ਅਤੇ ਉਹਨੂੰ ਨਹੀਂ ਪਤਾ ਲੱਗਦਾ ਕਿ ਉਹ ਕਿੰਨੇ ਸੁੱਖੋ ਪੈਸੇ ਜ਼ਿਆਦਾ ਕਰਕੇ ਭੋਗ ਰਿਹਾ, ਉਹਨੂੰ ਪਤਾ ਨਹੀਂ ਲੱਗੇਗਾ ਕਿ ਉਹ ਨਹੀਂ ਮਿਲਣਗੇ ਤਾਂ ਕੀ ਹੋਏਗਾ। ਸੋ ਐਜ਼ ਅ ਪੇਰੈਂਟ, ਯੂ ਨੋ, ਉਹਨਾਂ ਨੇ, ਪਿਓ ਨੇ ਸੋਚਿਆ ਨਹੀਂ ਇਹ ਨਹੀਂ ਹੋ ਸਕਦਾ, ਮੁੰਡੇ ਵਾਲਿਆਂ ਨੂੰ ਜਾ ਕੇ ਕਹਿਤਾ ਕਿ ਇਹ ਬਿਲਕੁਲ ਨਹੀਂ ਹੋ ਸਕਦਾ, ਤੁਸੀਂ ਸੋਚੋ ਵੀ ਨਾ। ਮੁੰਡੇ ਵਾਲੇ ਨੇ ਆਪਣੇ ਮੁੰਡੇ ਨੂੰ ਇੱਕ ਪਾਸੇ ਲਾਉਣ ਵਾਸਤੇ ਇੰਡੀਆ ਜਾ ਕੇ ਉਹਦਾ ਵਿਆਹ ਕਰਤਾ, ਵਿਆਹ ਕਰਾ ਲਿਆ, ਮੁੰਡੇ ਨੇ ਵੀ ਵਿਆਹ ਕਰਾਇਆ, ਅਡਲਟ ਸੀਗਾ, ਤੋ ਸੋ ਯੂ ਨੋ ਵਿਆਹ ਕਰਾ ਕੇ ਵਾਪਸ ਆ ਗਿਆ। ਬਿਫੋਰ ਕਿ ਉਹ ਕੁੜੀ ਆਈ ਇੱਧਰ, ਜੋ ਵੀ ਉਹਨਾਂ ਮਨ ਵਿੱਚ ਬਦਲਾਵ ਆਇਆ, ਕਿਉਂਕਿ ਕੁੜੀ ਪਿੱਛਾ ਨਹੀਂ ਛੱਡ ਰਹੀ ਸੀ, ਬੜੀ ਅਬਸੈਸਡ ਸੀਗੀ ਮੁੰਡੇ ਵਾਸਤੇ, ਸੋ ਹਾਲੇ ਵਾਈਫ ਇੱਥੇ ਆਈ ਨਹੀਂ ਹੋਈ, ਅਤੇ ਕੁੜੀ ਦਾ ਜਿਹੜਾ ਪਿਓ ਹੈ ਉਹ ਵਾਪਸ ਆ ਕੇ ਕਹਿਣ ਲੱਗਾ ਕਿ ਤੁਸੀਂ ਉੱਥੋਂ ਤੋੜੋ ਅਤੇ ਇੱਥੇ ਮੇਰੀ ਕੁੜੀ ਨਾਲ ਵਿਆਹ ਕਰਾਓ, ਕਿਉਂਕਿ ਮੇਰੀ ਕੁੜੀ ਤਾਂ ਮੰਦੀ ਨਹੀਂ ਹੈ। ਸੋ ਹੁਣ ਉੱਧਰ ਵਿਆਹ ਹੋ ਚੁੱਕਾ ਸੀ, ਇਹਨਾਂ ਨੇ ਕਿਹਾ ਨਹੀਂ ਹੁਣ ਤਾਂ ਹੋ ਗਿਆ ਵਿਆਹ, ਜਿੱਥੇ ਹੋ ਗਏ ਆਨੰਦ ਕਾਰਜ ਹੋ ਗਏ। ਸੋ ਨਿਊਜ਼ ਦੇ ਵਿੱਚ ਇਹ ਆਇਆ ਸੀ ਕਿ ਫਿਰ ਉਹ ਬੰਦਾ ਜਿਹੜਾ ਕੁੜੀ ਦਾ ਪਿਓ ਹੈ ਉਹਨੇ ਉਸ ਮੁੰਡੇ ਨੂੰ ਮਾਰਤਾ, ਹੀ ਸ਼ੋਟ ਹਿਮ ਡੈਡ। ਆਈ ਮੀਨ ਇਟਸ ਐਨ ਐਕਸਟ੍ਰੀਮ ਕੇਸ ਕਿ ਅਸੀਂ ਕਿਸ ਤਰ੍ਹਾਂ ਬੈਸਟ ਚਾਹੁੰਦੇ ਹੋਏ ਕੁੜੀ ਬੱਚਿਆਂ ਦੇ ਕੁਛ ਐਸਾ ਕਰ ਚੁੱਕਦੇ ਹਾਂ ਆਪਣੇ ਆਪੇ ਤੋਂ ਬਾਹਰ ਹੋ ਕੇ, ਜਿਹੜਾ ਕਿ ਮਤਲਬ ਕਿੰਨਾ ਪੁੱਠਾ ਪਿਆ ਹੋਣਾ। ਫਿਰ ਉਹ ਹੀ ਕਿ ਯੂ ਨੋ ਕੁਛ ਟਾਈਮ ਲੱਗਿਆ, ਪਰ ਇੱਥੇ ਦੀ ਪੁਲਿਸ ਪਕੜ ਲੈਂਦੀ, ਫਿਰ ਉਹ ਜੇਲ੍ਹ ਜੂਲ ਹੋ ਗਈ, ਜੋ ਵੀ ਹੋਇਆ। ਸੋ ਇੰਨਾ ਐਕਸਟ੍ਰੀਮ 'ਚ ਕੋਈ ਗਿਆ ਜਸਟ ਬਿਕੋਜ਼ ਕਿ ਉਹ ਮੈਰਿਜ ਉਸ ਹਿਸਾਬ ਨਾਲ ਨਹੀਂ ਹੋਈ ਜਿਸ ਹਿਸਾਬ ਨਾਲ ਉਹ ਚਾਹੁੰਦੇ ਸੀ। ਇਹ ਆਪਣੀ ਕਮਿਊਨਿਟੀ ਜਾਂ ਕੁਛ ਹੋਰ ਕਮਿਊਨਿਟੀਜ਼ ਜਿਹੜੀਆਂ ਬਹੁਤ ਅਸੀਂ ਆਪਣੇ ਬੱਚਿਆਂ ਵਾਸਤੇ ਕੰਸਰਨ ਰਹਿੰਦੇ ਹਾਂ, ਉਹਦੇ ਵਿੱਚ ਜ਼ਿਆਦਾ ਪਾਇਆ ਜਾਂਦਾ। ਪਰ ਤੁਸੀਂ ਵੀ ਜ਼ਰੂਰ ਕਾਲ ਕਰਕੇ ਮੈਨੂੰ ਕੋਈ ਐਸਾ ਤੁਹਾਡੇ ਇਗਜ਼ਾਮਪਲਸ ਨੇ ਜਿਹੜੇ ਕਿ ਐਕਸਟ੍ਰੀਮ ਚਲੇ ਜਾਣਾ, ਜਾਂ ਫਿਰ ਐਸੇ ਇਗਜ਼ਾਮਪਲਸ ਜਿਹੜੇ ਕਿ ਠੀਕ ਬੈਠ ਗਏ, ਯੂ ਨੋ, ਕਿਉਂਕਿ ਤੁਸੀਂ ਰੋਕਿਆ ਔਰ ਬਾਅਦ 'ਚ ਲੱਗਿਆ ਕਿ ਨਹੀਂ, ਫਿਰ ਬੱਚਿਆਂ ਨੂੰ ਵੀ ਸਮਝ ਆ ਗਈ ਕਿ ਨਹੀਂ ਇਹ ਨਹੀਂ ਠੀਕ ਸੀ, ਇਹ ਕਰਨਾ ਠੀਕ ਸੀ। ਸੋ ਜਿਸ ਤਰ੍ਹਾਂ ਦੇ ਵੀ ਤੁਹਾਡੇ ਹੈਗੇ, ਕੀ ਵਿਚਾਰ ਹੈ ਇਹਦਾ, ਤਾਂ ਬਹੁਤ ਯੂ ਨੋ ਆਈ ਐਮ ਰੀਅਲੀ ਕੀਨ ਟੂ ਅੰਡਰਸਟੈਂਡ ਕਿ ਹਾਊ ਟੂ ਡਰਾਅ ਅ ਲਾਈਨ, ਕਿ ਕਿੰਨਾ ਤੁਸੀਂ ਇਨਵੋਲਵ ਹੋ ਸਕਦੇ ਹੋ ਔਰ ਕਿੱਥੇ ਇਨਵੋਲਵਮੈਂਟ ਵਰਸਿਸ ਕੰਟਰੋਲ। ਇਨਵੋਲਵ ਹੋਣਾ ਅਸੀਂ ਸਭ ਨੂੰ ਕਹਿੰਦੇ ਹਾਂ, ਬੜੇ ਇਨਵੋਲਵਡ ਪੇਰੈਂਟ ਰਹੋ,
यू नो कि उन्हां दी जिंदगियां च की चल रही हैं, उन्हां नूं गाइड करो, उन्हां नाल टाइम स्पेंड करो। इनडिफरेंट जे ना होवो कि भाई मैनूं नहीं पता वो अपनी जिंदगी बिता रहा है, बट दैन वेयर डू यू स्टॉप के वही इनवॉल्वमेंट जी कंट्रोल बन जाए कि तुम चाहो एग्जैक्टली जो मैं चाहता वही होए। और फिर ऐसा जिस तरह मैं थोनों गल दसी है कि यू नो अपनी कम्यूनिटी इस तरह का हो चुका है कि कहते हो जरूर जरूर दसो इंच कर दी छोटी जी ब्रेक लें तुम कितने ना जाए और सोच के रखो कि यू हैव टू कॉल टू पार्टिसिपेट कि अज वेयर टू ड्रॉ द लाइन इनवॉल्वमेंट वर्सिज कंट्रोल पेरेंट्स का की होना चाहिए। सारे का फिर स्वागत है। लैट्स सी सारे की कह रहे हैं, इन्हों पुछते हैं। हैलो, हाँ जी सत श्री अकाल, सत श्री अकाल, हैलो, सत श्री अकाल जी सुरिंदर जी। हाँ जी सत श्री अकाल, सत श्री अकाल, बड़े दिनों तो गल नहीं सुनी, थोड़ी आवाज नहीं सुनी। ठीक हो ना? ऑल गुड? नहीं ठीक नहीं थी। ओ ऐसे करके नहीं। चलो हुन ठीक हो, बेहतर फील कर रहे हो? यस हुन बेहतर फील आ। चलो गुड, दसो की कहंदे हो अज? अरविंद जी हर किसी की अपनी सोच हैगी है कि आप जिमें कह भी दें कि अपनी कम्यूनिटी के हम पहले वाली गलों नालों हम बहुत कुछ चेंज हो गया है। कि कह भी देवे असं चलो बच्चे साढ़े ना असी बच्चे इदा मजबूर ना करिए कि जिथे असी कहने या जो असी कहने बच्चा वह करे। क्योंकि अजक बच्चे ज्यादा स्मार्ट ने साढ़े नो ओना भी पता है कि असं आप लाइफ की करना है जो खान गे पीन गे। नहीं पर उन्हां नूं पता, उन्हां नूं अगे लाइफ बारे पता हुंदा। लिस्ट इन्ना वड्डा डिसीजन आ बच्चे अंडाडल ने सारे ਜਦੋਂ ਅਡਲਟ ਹੋ ਜਾਂਦੇ ਨੇ ਉਹਨਾਂ ਨੂੰ ਖੁਦ ਵੀ ਕੁਛ ਪਤਾ ਹੁੰਦਾ ਹਰ ਬੱਚੇ ਦੀ ਨਹੀਂ। ਮਤਲਬ ਇਦਾਂ ਕਿ ਕਈ ਬੱਚੇ ਇਹੋ ਜਿਹੇ ਨੇ ਕਿ ਆਪਣੀ ਲਾਈਫ ਬਾਰੇ ਸੋਚ ਕੇ ਅੱਗੇ ਚੱਲਦੇ ਨੇ ਕਿ ਅਸੀਂ ਕੀ ਕਰਨਾ ਹੈਗਾ। ਜੀ 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 ਹੈਨਾ। ਕਿ ਸਾਡੇ ਘਰ ਵਿੱਚ ਵੀ ਆ, ਸਾਡੇ ਬੱਚਿਆਂ ਨੇ ਆ ਵਿਆਹ ਕਰਾਇਆ, ਮੇਰੇ ਦੋਨਾਂ ਬੇਟਿਆਂ ਨੇ, ਮੇਰੀ ਬੇਟੀ ਦਾ ਅਸੀਂ ਖੁਦ ਆਪਣੇ ਕੀਤਾ ਜੀ। ਪਰ ਬੜੀ ਵਧੀਆ ਲਾਈਫ ਚੱਲ ਰਹੀ ਉਹਨਾਂ ਦੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਔਰ ਕਈ ਵਾਰੀ ਪਤਾ ਕੀ ਹੁੰਦਾ ਅਰਵਿੰਦ ਜੀ, ਤੁਸੀਂ ਆਪਾਂ ਨਾ ਧੋਖਾ ਵੀ ਖਾਂਦੇ ਹਾਂ ਬਹੁਤ ਜਗ੍ਹਾ ਇੱਦਾਂ ਹੁੰਦਾ, ਪਰ ਜੇਕਰ ਅਸੀਂ ਗੱਲਾਂ ਨਹੀਂ ਆਪਣੇ ਬੱਚਿਆਂ ਦੀਆਂ ਮੰਨਦੇ ਨਾ, ਤੇ ਕਈ ਵਾਰ ਫਿਰ ਸਾਨੂੰ ਵੀ ਧੋਖਾ ਖਾਣਾ ਪੈਂਦਾ। ਕਿਉਂਕਿ ਬੱਚੇ ਆਪਣੀ ਲਾਈਫ ਛੋੜ ਕੇ ਛੱਡ ਕੇ ਚਲੇ ਜਾਂਦੇ ਨੇ, ਫਿਰ ਸਾਡੇ ਪੇਰੈਂਟਸ ਰਹਿ ਜਾਂਦੇ ਨੇ ਇਕੱਲੇ, ਉਹਨਾਂ ਕੋਲ ਫਿਰ ਕੁਛ ਨਹੀਂ ਬਚਦਾ। ਯਾ ਪਰ ਉਹੀ ਹੈ ਨਾ ਕਿ ਕਿੰਨਾ ਹੁਣ ਇਹ ਤਾਂ ਐਕਸਟ੍ਰੀਮ ਹੀ ਹੋ ਗਿਆ ਜਿਹੜਾ ਮੈਂ ਤੁਹਾਨੂੰ ਨਿਊਜ਼ ਦਾ ਦੱਸਿਆ ਕਮਿਊਨਿਟੀ ਦੇ ਵਿੱਚ, ਕਿ ਬੰਦਾ ਮਤਲਬ ਕੀ ਖੱਟਿਆ ਕਿਨੇ ਵੀ ਰੋਕ ਕੇ ਉਹ ਕਿੱਥੇ, ਕੋਈ ਫਾਇਦਾ ਨਹੀਂ ਹੋਇਆ। ਕੋਈ ਫਾਇਦਾ ਨਹੀਂ ਨਾ, ਆਪਣੀ ਲਾਈਫ ਤਾਂ ਆਪਣੇ ਬੱਚਿਆਂ ਨਾਲ ਜੁੜੀ ਹੁੰਦੀ ਹੈ। ਠੀਕ ਹੈ ਕਈ ਵਾਰ ਮਜਬੂਰੀਆਂ ਹੁੰਦੀਆਂ, ਬਹੁਤ ਕੁਛ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਕਈ ਵਾਰੀ ਉਹ ਕੰਮ ਕਰਨੇ ਪੈ ਜਾਂਦੇ ਨੇ, ਲੇਕਿਨ ਤੁਸੀਂ ਅਗਰ ਬੱਚੇ ਚਾਹੁੰਦੇ ਆ ਤਾਂ ਫਿਰ ਮੇਰੇ ਹਿਸਾਬ ਨਾਲ ਹੁੰਦਾ ਕਿ ਕਰ ਦਿਓ। ਹਰ ਕਿਸੇ ਦੀ ਆਪਣੀ ਸੋਚ ਹੈ, ਕਿਸੇ ਦਾ ਕੀ ਕਹਿੰਦਾ ਦਿਲ, ਪਰ ਅਗਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਆਪਣੇ ਬੱਚਿਆਂ ਦੇ ਨਾਲ ਆਪਣੇ ਬੱਚਿਆਂ ਦੀ ਖੁਸ਼ੀ ਲਈ, ਫਿਰ ਤੁਹਾਨੂੰ ਕਈ ਵਾਰ ਕੁਰਬਾਨੀਆਂ ਦੇਣੀਆਂ ਪੈਂਦੀਆਂ। ਉਹ ਵੀ, ਔਰ ਕੱਲ੍ਹ ਜਿਸ ਤਰ੍ਹਾਂ ਗੁਰਦੀਪ ਜੀ ਸ਼ੇਅਰ ਕਰ ਰਹੇ ਸੀ ਵੀ ਕਈ ਵਾਰੀ ਇੰਨੀ ਅਬਸੈਸਿਵ ਲਵ ਜਿਹੜੇ ਇਹਨਾਂ ਦੇ ਯੰਗ ਉਮਰ 'ਚ ਕਹਿੰਦੇ ਆ ਨਾ ਕਿ ਅਸੀਂ ਫਸਟ ਲਵ ਹੈ ਸਾਡਾ, ਇਹ ਹੈ, ਉਹ ਇੰਨੀ ਓਬਸੈਸ਼ਨ ਹੋ ਜਾਂਦੀ ਹੈ ਇਹਨਾਂ ਦੀ ਕਿ ਉਹ ਕਹਿੰਦੇ ਨੇ ਜਿਵੇਂ ਕਿ ਮੁੜ ਕੇ ਮੈਂ ਕਦੀ ਕਿਸੇ ਕੁੜੀ ਨਾਲ ਉਹਨਾਂ ਡੀਪ ਪਿਆਰ ਹੀ ਨਹੀਂ ਕਰ ਸਕਿਆ। ਸੋ ਉਹ ਹੈ ਕਿ ਇੱਕ ਦੋਸਤ ਬੰਦੇ ਮੈਂ ਵੀ ਦੇਖੇ ਨੇ, ਉਹ ਕਹਿੰਦੇ ਨੇ ਪੂਰੀ ਲਾਈਫ ਉਹਨਾਂ ਨੇ ਵਿਆਹ ਨਹੀਂ ਕਰਾਇਆ, ਉਹ ਕਹਿੰਦੇ ਨਹੀਂ ਜਿਹੜੀ ਇੱਕ ਵਾਰੀ ਮੇਰੇ ਦਿਲ ਵਿੱਚ ਸੀ ਕਿ ਮੈਂ ਉਹਨਾਂ ਵਿਆਹ ਕਰਾਉਣਾ, ਨਹੀਂ ਘਰਦਿਆਂ ਨੇ ਕੀਤਾ, ਤੇ ਉਹਨੇ ਕਹਿੰਦਾ ਫਿਰ ਮੈਂ ਕਰਾਉਣਾ ਹੀ ਨਹੀਂ ਕਿਸੇ ਨਾਲ ਵੀ ਨਹੀਂ। ਸੁਰਿੰਦਰ ਜੀ ਉਹ ਵੀ ਪੁਰਾਣਾ ਜ਼ਮਾਨਾ ਸੀ ਜਿਹਦੇ ਕੋਈ ਰਹਿ ਗਿਆ ਉਹਨੇ ਕੀਤਾ ਹੀ ਨਹੀਂ, ਹੁਣ ਤੇ ਕਰਾ ਲੈਣਗੇ ਪਰ ਉਹਦੇ ਨਾਲ ਉਹਨਾਂ ਫੁੱਲ ਇਨਵੋਲਵਮੈਂਟ ਨਹੀਂ ਹੋਏਗੀ, ਤੇ ਉਹ ਵੀ ਕਾਦੀ ਜ਼ਿੰਦਗੀ ਹੈ ਨਾ ਜਿੱਥੇ ਉਹ ਪੂਰਾ ਦਿਲ ਹੀ ਨਹੀਂ ਉੱਥੇ ਜਿੱਥੇ ਹੈਗਾ ਉਹ। ਪਰ ਪਤਾ ਕਿ ਉਹਨਾਂ ਦੇ ਦਿਲ ਵਿੱਚ ਵਾਰ-ਵਾਰ ਉਹੀ ਖਿਆਲ ਆਉਂਦਾ ਰਹਿਣਾ ਆ, ਫਿਰ ਉਸ ਵਿਆਹ ਕੀਤੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿ ਤੁਹਾਡਾ ਫਿਰ ਦਿਮਾਗ ਪਿੱਛੇ ਹੀ ਘੁੰਮਦਾ ਰਹੇ। ਜੀ 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 ਬਹੁਤ ਵਧੀਆ ਸੁਰਿੰਦਰ ਜੀ, ਲੈਟਸ ਸੀ ਹੋਰ ਕੀ ਕਹਿ ਰਹੇ ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਦੱਸੋ ਜਸਪ੍ਰੀਤ ਕੀ ਕਹਿੰਦੇ ਹੋ? ਬੜਾ ਅੱਛਾ ਵਿਸ਼ਾ ਅੱਜ ਲੈ ਕੇ ਆਏ ਹੋ। ਅੱਛਾ ਜੀ, ਤੇ ਕੁਛ ਚੀਜ਼ਾਂ ਮਨ 'ਚ ਖਿਆਲ ਆਈਆਂ ਸੀ। ਇੱਕ ਤਾਂ ਭੈਣ ਜੀ ਮੈਂ ਕਹਾਂਗੀ, ਜਦੋਂ ਸਾਡੇ ਬੱਚੇ ਇਸ ਮੁਲਕ 'ਚ ਪੈਦਾ ਹੋ ਰਹੇ ਆ, ਪਲ ਰਹੇ ਆ, ਖਾਸ ਕਰਕੇ ਜਦੋਂ ਮਿਡਲ ਸਕੂਲ ਤੇ ਹਾਈ ਸਕੂਲ 'ਚ ਹੁੰਦੇ ਆ ਨਾ, ਤੁਸੀਂ ਓਪਨ ਕਮਿਊਨੀਕੇਸ਼ਨ ਬੱਚੇ ਨਾਲ ਰੱਖੋ, ਖੁੱਲੀ ਖੁੱਲੀਆਂ ਗੱਲਾਂ ਕਰੋ, ਤੇ ਮੈਰਿਜ ਦੀ ਗੱਲ ਜਿਹੜੀ ਆ ਨਾ
ਹੌਲੀ ਹੌਲੀ ਮਤਲਬ ਉਹ ਚੀਜ਼ ਬਾਰੇ ਡਿਸਕਸ਼ਨ ਹੋਣੀ ਚਾਹੀਦੀ ਹੈ, ਸ਼ੁਰੂ ਹੋਣੀ ਚਾਹੀਦੀ ਹੈ ਹਾਈ ਸਕੂਲ। ਬੱਚਾ ਯੰਗ ਅਡਲਟ ਹੁੰਦਾ ਮੈਚਿਓਰਿਟੀ, ਤੇ ਸਾਨੂੰ ਥੋੜਾ ਉਸ ਵੇਲੇ ਤੁਸੀਂ ਆਪਣਾ ਗੱਲਾਂ ਕਰਦੇ ਹੋ ਤੇ ਬੱਚਿਆਂ ਦੀਆਂ ਸੁਣਦੇ ਹੋ ਤੇ ਸਾਨੂੰ ਥੋੜਾ ਜਿਹਾ ਆਈਡੀਆ ਉਸ ਵੇਲੇ ਹੋ ਜਾਂਦਾ। ਨਾਲੇ ਜਸਪ੍ਰੀਤ ਆਈ ਲਾਈਕ ਕਿ ਤੁਸੀਂ ਕਹਿ ਰਹੇ ਹੋ ਓਪਨ ਡਿਸਕਸ਼ਨ, ਕਿਉਂਕਿ ਜੋ ਅਸੀਂ ਐਜ਼ ਪੇਰੈਂਟਸ ਕਰਦੇ ਹਾਂ ਉਹ ਓਪਨ ਡਿਸਕਸ਼ਨ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਅਸੀਂ ਉਹਨੂੰ ਕਿਹਾ ਸੀ, ਅਸੀਂ ਉਹਨੂੰ ਦੱਸਿਆ ਸੀ, ਯੂ ਨੋ ਵੀ ਡੋਂਟ ਲਿਸਨ। ਸੋ ਇੰਪੋਰਟੈਂਟ ਹੈ ਕਿ ਓਪਨ ਡਿਸਕਸ਼ਨ ਦਾ ਮਤਲਬ ਇਹ ਵੀ ਹੈ ਕਿ ਕਈ ਮੈਨੂੰ ਬੱਚਿਆਂ ਨੇ ਕੰਪਲੇਨ ਕੀਤੀ ਹੈ ਕਿ ਅਸੀਂ ਕਿਸੇ ਨੂੰ ਕਹੀਏ ਨਾ ਵੀ ਉਹ ਬੰਦਾ ਮੈਨੂੰ, ਅਗਰ ਅਸੀਂ ਪੇਰੈਂਟਸ ਨਾਲ ਤਾਂ ਨਹੀਂ ਸ਼ੇਅਰ ਕਰਦੇ ਕਿ ਅਸੀਂ ਮਿਡਲ ਸਕੂਲ ਜਾਂ ਹਾਈ ਸਕੂਲ ਕਹਿ ਰਹੇ ਨਾ ਉਹ ਮੁੰਡਾ ਮੈਨੂੰ ਬੜਾ ਚੰਗਾ ਲੱਗਦਾ ਜਾਂ ਉਹ ਕੁੜੀ ਬੜੀ ਚੰਗੀ ਲੱਗਦੀ, ਤੇ ਉਹ ਵਿਆਹ ਬਾਰੇ ਸੋਚਣ ਲੱਗ ਜਾਂਦੇ। ਅਸੀਂ ਵਿਆਹ ਬਾਰੇ ਨਹੀਂ ਸੋਚ ਰਹੇ, ਅਸੀਂ 10 ਸਾਲ ਬਾਅਦ ਦੀ ਗੱਲ ਨਹੀਂ ਸੋਚ ਰਹੇ, ਬਟ ਪੇਰੈਂਟਸ ਕਿ ਅਗਰ ਓਕੇ ਫਿਰ ਤੇਰਾ ਵਿਆਹ ਕਰ ਦਾਂਗੇ ਉਹਦੇ ਨਾਲ, ਉੱਥੇ ਪਹੁੰਚ ਜਾਂਦੇ ਹਾਂ। ਸੋ ਅਸੀਂ ਸਿਰਫ ਗੱਲ ਹੀ ਕਰਦੇ ਹਾਂ ਤਾਂ ਹੀ। ਸੋ ਓਪਨ ਡਿਸਕਸ਼ਨ ਦਾ ਮਤਲਬ ਹੈ ਕਿ ਉਹਦੀ ਵੀ ਸੁਣੋ, ਆਪਣੀ ਵੀ ਕਹੋ, ਇੱਕ ਬਾਕਸ ਵਿੱਚ ਜਿਹੜਾ ਸਾਡਾ ਧਿਆਨ ਹੈ ਕਿ ਜੇ ਪਸੰਦ ਆਇਆ ਤਾਂ ਉੱਥੇ ਵਿਆਹ ਕਰ ਹੀ ਲਿਆ ਉਸੇ ਵੇਲੇ ਉਹ ਥੋਟ ਨੂੰ ਪਰੇ ਕਰਕੇ। ਯਾ ਹਾਂਜੀ, ਕਿਉਂਕਿ ਇਹ ਮੁੰਡੇ ਕੁੜੀਆਂ ਗਰੁੱਪਸ ਦੇ ਵਿੱਚ ਜੇ ਇਕੱਠੇ ਮਿਲ ਕੇ ਕਿਤੇ ਜਾ ਸਕਦੇ ਆ ਜੀ, ਥੋੜਾ ਬਹੁਤਾ ਫਰੈਂਡ ਰਾਈਟ ਹੁੰਦੀ ਆ ਜੀ, ਉਹ ਮਤਲਬ ਤੁਸੀਂ ਜਿੰਨਾ ਓਪਨ ਮਾਈਂਡਡ ਤੇ ਫਲੈਕਸੀਬਲ ਰਹਿ ਸਕਦੇ ਹੋ ਨਾ, ਤੇ ਜਦੋਂ ਟਾਈਮ ਹੋਏਗਾ, ਜਦੋਂ ਹੁਣ ਹਰੇਕ ਫੈਮਿਲੀ ਦਾ ਡਿਫਰੈਂਟ ਹੋਏਗਾ, ਤੁਹਾਡਾ ਬੱਚਾ ਮੇਬੀ ਜ਼ਿਆਦਾ ਪੜ੍ਹਾਈ ਕਰ ਰਿਹਾ ਹੈਗਾ, ਵਿਆਹ ਥੋੜਾ ਲੇਟ ਕਰ ਰਿਹਾ, ਤੇ ਉਹ ਜਿਹੜੇ ਚੀਜ਼ਾਂ ਤੁਹਾਡੇ ਟਾਈਮ ਮੇਬੀ ਹੋਈਆਂ ਸੀ ਉਹ ਅੱਜ ਕੱਲ ਨਹੀਂ ਹੋ ਰਹੀਆਂ, ਤੇ ਡੇਟਿੰਗ ਹੁਣ ਕਰਦੇ ਆ ਤੇ ਸੋਸ਼ਲ ਮੀਡੀਆ ਹੈਗੀ ਆ, ਤੇ ਤੁਸੀਂ ਜਿੰਨੇ ਓਪਨ ਰਹਿ ਸਕਦੇ ਹੋ ਤੇ ਉਹ ਬੱਚੇ ਜਿਹੜਾ ਕਾਲਜ ਮੇਬੀ ਤੀਜਾ ਚੌਥਾ ਸਾਲ ਕਿਸੇ ਨੂੰ ਮਿਲ ਗਿਆ ਹੈਗਾ, ਤੁਸੀਂ ਓਪਨ ਰਹੋ ਉਸ ਉਹ ਮਿਲੋ ਉਸ ਦੇ ਨਾਲ ਤੇ ਗੱਲ ਕਰੋ, ਤੇ ਫੇਰ ਯੂਨੋ ਜਿੰਨਾ ਤੁਸੀਂ ਫੋਰਸ ਕਰ ਰਹੇ ਹੋ ਉੱਥੇ ਤੁਸੀਂ ਦੇਖੋਗੇ ਬੱਚੇ ਦੇ ਆਪਣੇ ਕੀ ਇਫੈਕਟ ਹੋ ਰਿਹਾ, ਬੱਚਾ ਡਿਪਰੈਸ ਹੋ ਰਿਹਾ, ਸੈਡ ਹੋ ਰਿਹਾ, ਉਹਦਾ ਮੂਡ ਬਦਲ ਰਿਹਾ, ਦੈਨ ਉਹ ਕੰਟਰੋਲ ਹੋ ਗਿਆ ਰਾਈਟ ਦੇਅਰ, ਫੋਰਸ ਕਰ ਰਹੇ ਹੋ ਤੁਸੀਂ, ਉਹ ਨਹੀਂ ਕਰਨਾ ਚਾਹੀਦਾ। ਠੀਕ ਹੈ, ਠੀਕ ਹੈ ਜਸਪ੍ਰੀਤ, ਸੋ ਯੂ ਮੀਨ ਕਿ ਉਹ ਸਾਨੂੰ ਇਨਵੋਲਵਡ ਰਹਿਣਾ ਚਾਹੀਦਾ ਪਰ ਬਹੁਤ ਕੇਅਰਫੁਲ ਰਹਿਣਾ ਪਏਗਾ ਕਿ ਕਿਤੇ ਅਸੀਂ ਕੰਟਰੋਲ ਵਾਲੀ ਲਾਈਨ ਤੇ ਨਹੀਂ ਜੰਪ ਕਰ ਰਹੇ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਸਿੰਘ ਸੁੰਦਰ ਬੋਲਦਾ। ਹਾਂਜੀ ਗੁਰਦੀਪ ਸਿੰਘ ਜੀ, ਦੱਸੋ। ਮੈਂ ਤਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦਾ ਜਿਹੜਾ ਕਿ ਬੜਾ ਹੀ ਬਹੁਤ ਹੀ ਵਧੀਆ ਰਿਹਾ। ਹਾਂਜੀ ਹਾਂਜੀ, ਉਹ ਏਦਾਂ ਸੀ ਕਿ ਮੇਰੀ ਸੋਚਣੀ ਮੇਰੀ ਅਰੇਂਜ ਮੈਰਿਜ ਹੋਈ ਸੀ ਜਿਹਨੂੰ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਸਕਸੈਸ ਨਹੀਂ ਹੋ ਸਕੀ, ਨੈਚੁਰਲੀ ਸੁਰਿੰਦਰ ਭੈਣ ਜੀ ਕਹਿ ਕੇ ਗਏ, ਠੀਕ ਹੈ ਉਹਨਾਂ ਦੀ ਗੱਲ, ਪਰ ਮੇਰੇ ਦਿਮਾਗ ਵਿੱਚ ਉਦੋਂ ਹੀ ਆ ਗਿਆ ਸੀ ਕਿ ਮੈਂ ਬੱਚੇ ਮੇਰੀ ਅਰੇਂਜ ਮੈਰਿਜ ਫੇਲ ਹੈ, ਮੈਂ ਆਪਣੇ ਬੱਚਿਆਂ ਦੀ ਅਰੇਂਜ ਮੈਰਿਜ ਭੁੱਲ ਕੇ ਵੀ ਨਹੀਂ ਕਰਾਂਗਾ। ਮੇਰਾ ਬੱਚੇ ਹੋਏ ਮੇਰੇ ਤਿੰਨ, ਦੋ ਲੜਕੀਆਂ ਇੱਕ ਲੜਕਾ, ਜਦੋਂ ਮੈਂ ਇੱਥੇ ਆਇਆ 1997 ਦੇ ਵਿੱਚ ਮੇਰੀ ਗੁੱਡੀ ਸੀ 16 ਸਾਲ ਦੀ, ਮੁੰਡਾ ਸੀ 18 ਸਾਲ ਦਾ, ਤੇ ਵੱਡੀ ਗੁੱਡੀ ਸੀ 20 ਸਾਲ ਦੀ, ਉਹ ਇੰਡੀਆ ਰਹਿ ਗਈ ਕਿਉਂਕਿ ਓਵਰੇਜ ਹੋ ਗਈ ਸੀ, ਤੇ ਇਹ ਦੋ ਬੱਚੇ ਮੇਰੇ ਨਾਲ ਸੀ ਇੱਥੇ ਪੜ੍ਹੇ ਪੁੜੇ, ਇਹਨਾਂ ਨੇ ਜੱਬਾ ਜੁਮਾ ਕਰ ਲਈਆਂ, ਚਲੋ ਹੋ ਗਿਆ ਸਭ ਕੁਛ, ਪਰ ਮੈਨੂੰ ਜਿਹੜੇ ਬਾਹਰੋਂ ਲੋਕ ਬਹੁਤ ਇਨਵੋਲਵ ਹੋ ਗਏ ਕਿ ਇਹਨਾਂ ਦੀ ਬੱਚੀ ਦੇ ਨਾਲ ਅਸੀਂ ਮੁੰਡਾ ਆਪਣਾ ਪੱਕਾ ਕਰ ਲਾਂਗੇ ਜਾਂ ਉਧਰੋਂ ਕੱਢ ਦੇਵਾਂਗੇ, ਤੇ ਮੁੰਡੇ ਦੇ ਨਾਲ ਕੁੜੀ ਕੋਈ, ਏਦਾਂ ਬਹੁਤ ਰਿਸ਼ਤੇਦਾਰੀਆਂ ਤੋਂ ਦੂਰੋਂ ਨੇੜੇ ਰਿਸ਼ਤੇ ਆਏ, ਪਰ ਮੈਂ ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਕਦੇ ਕਿਸੇ ਦੇ ਹੱਥ 'ਚ ਦਿੱਤਾ ਨਹੀਂ ਅੱਜ ਤੱਕ, ਮੈਂ ਆਪਣੀ ਲਾਈਫ ਨੂੰ ਆਪਣੇ ਹਿਸਾਬ ਨਾਲ ਹੀ ਜੀਆਂ ਔਰ ਏਦਾਂ ਹੀ ਜੀਣਾ ਹੈ, ਤੇ ਮੈਂ ਜਦੋਂ ਮੇਰੇ ਬੱਚੇ ਥੋੜੇ ਮੈਚੋਰ ਹੋ ਗਏ ਇੱਥੇ ਬਿਲਕੁਲ ਠੀਕ ਠਾਕ ਸੈੱਟ ਹੋ ਗਏ ਸਭ ਕੁਛ ਵਧੀਆ, ਤੇ ਮੇਰੀ ਗੁੱਡੀ ਮੈਨੂੰ ਇੱਕ ਦਿਨ ਮੈਂ ਜੋਬ ਤੋਂ ਲੈ ਕੇ ਆਈ, ਮੈਨੂੰ ਪਿੱਕ ਕਰਦੀ ਸੀ ਮੈਨੂੰ, ਤੇ ਸਾਡੇ ਕੋਲ ਦੋ ਕਾਰਾਂ ਘੱਟ ਸੀਗੀਆਂ, ਤੇ ਮੈਨੂੰ ਰਸਤੇ ਵਿੱਚ ਕਹਿੰਦੀ ਕਿ ਡੈਡੀ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਹੈ, ਮੈਂ ਕਿਹਾ ਕੀ ਬੇਟਾ ਕੀ ਗੱਲ ਹੈ, ਕਹਿੰਦੀ ਮੈਂ ਮੁੰਡਾ ਲੱਭ ਲਿਆ, ਮੈਂ ਕਿਹਾ ਮੁੰਡਾ ਲੱਭ ਲਿਆ ਤੇ ਮੋਮ ਨੂੰ ਕਿਉਂ ਨਹੀਂ ਦੱਸਿਆ, ਕਹਿੰਦੀ ਮੋਮ ਇਜ਼ ਟੂ ਸਟ੍ਰਿਕਟ, ਮੈਂ ਤਾਂ ਉਹਦੇ ਕੋਲ ਡਰ ਬਹੁਤ ਲੱਗਦਾ, ਡੈਡੀ ਤੁਸੀਂ ਤਾਂ ਫਰੈਂਡਲੀ ਰਹਿੰਦੇ ਆ, ਤੁਹਾਡੇ ਨਾਲ ਮੈਂ ਗੱਲ ਕਰ ਸਕਦੀ, ਮੋਮ ਨਾਲ ਨਹੀਂ ਕਰ ਸਕਦੀ, ਮੈਂ ਕਿਹਾ ਦਸਲ ਦੱਸ, ਕਹਿੰਦੇ ਮੈਂ ਕਿਹਾ ਮੁੰਡਾ ਗੋਰਾ ਆ ਕਾਲਾ ਆ ਕੌਣ ਆ, ਕਹਿੰਦੀ ਨਹੀਂ ਪੰਜਾਬੀ ਆ, ਇੰਜੀਨੀਅਰ ਆ, ਫਲਾਣੀ ਜਗ੍ਹਾ ਰਹਿੰਦਾ ਪੰਜਾਬ ਚ, ਤੇ ਆਰਮੀ ਬੈਕਗਰਾਉਂਡ ਆ, ਮੈਂ ਕਿਹਾ ਓਕੇ ਤੇਰੀ ਲਾਈਫ ਹੈ ਬੇਟਾ, ਤੂੰ ਜੇ ਇੰਨਾ ਘਬਰਾਉਣ ਦੀ ਕੋਈ ਲੋੜ ਪਾ, ਮੋਮ ਨਾਲ ਗੱਲ ਨਾ ਕਰੀ,
ਮੈਨੂੰ ਪਤਾ ਹੈ ਕਿ ਉਹ ਬਹੁਤ ਸਟ੍ਰਿਕਟ ਹੈ, ਜਦੋਂ ਥੋੜੀ ਮੂਡ 'ਚ ਹੋਗੀ ਮੈਂ ਗੱਲ ਕਰਾਂਗਾ, ਫਿਰ ਮੈਂ ਉਹ ਵਾਈਫ ਨਾਲ। ਸੋ ਮਤਲਬ ਇਟ ਵਰਕਡ ਵੈਲ, ਤੁਸੀਂ ਦੇਖਿਆ ਮਤਲਬ ਇਹਦੀ ਸਕਸੈਸ ਹੋਈ ਮੈਰਿਜ। ਇਦਾਂ ਹੀ ਫਿਰ ਮੁੰਡੇ ਨੇ ਮੈਨੂੰ ਕਿਹਾ ਡੈਡੀ ਮੈਂ ਲੱਭ ਨਹੀਂ ਹੈ। ਮੈਂ ਕਿਹਾ ਕੌਣ ਆ ਪੰਜਾਬਣਾ, ਕੀ ਕਿਹਾ? ਕਹਿੰਦਾ ਹੈਗੀ ਪੰਜਾਬਣਾ ਪਰ ਦੇਰ ਦੀ ਆਈ ਹੈ, ਇੱਥੇ ਕੀ ਹੁੰਦੀ, ਮੈਂ ਸ਼ੇਅਰ ਗੱਲ ਫੈਮਿਲੀ ਹੈ। ਮੈਂ ਕਿਹਾ ਠੀਕ ਆ, ਨੋ ਪ੍ਰੋਬਲਮ, ਜੇ ਕੱਲ ਨੂੰ ਕੋਈ ਕੰਪਲੇਂਟ ਨਹੀਂ ਕਰਨੀ ਮੈਨੂੰ, ਮੈਂ ਕਿਹਾ ਤੇਰੀ ਮਰਜ਼ੀ ਨਾਲ ਤੂੰ ਸਿਲੈਕਟ ਕੀਤਾ। ਕਹਿੰਦਾ ਮੈਨੂੰ ਅੱਜ ਤੱਕ ਕੰਪਲੇਂਟ ਨਾ ਧੀ ਵੱਲੋਂ ਆਈ ਉਹਦੇ ਵੱਲੋਂ, ਨਾ ਪੁੱਤ ਵੱਲੋਂ, ਉਹਨਾਂ ਦੇ ਇੱਕ ਦੇ ਮੇਰੇ ਇੱਕ ਪੋਤੀ ਆ, ਦੂਏ ਦੇ ਦੋ ਗੁੱਡੀਆਂ। ਬੜੀ ਕੁੜੀ ਇੰਡੀਆ ਰਹਿੰਦੀ ਸੀ, ਉਹਨੂੰ ਮੈਂ ਪੁੱਛਿਆ ਵੀ ਤੇਰਾ ਕੀ ਇਰਾਦਾ, ਕੋਈ ਮੁੰਡਾ ਜੇ ਲੱਭਿਆ ਤਾਂ ਦੱਸ ਦੇ ਬੇਟਾ। ਉਹ ਕਹਿੰਦੀ ਨਹੀਂ ਡੈਡੀ, ਜਿੱਥੇ ਤੁਸੀਂ ਕਰੋਗੇ ਠੀਕ ਆ। ਮੈਂ ਉਹਦਾ ਇੰਡੀਆ 'ਚ ਅਖਬਾਰ 'ਤੇ ਕਢਾਇਆ, ਉਹਦਾ ਉਹਨੂੰ ਮੁੰਡਾ ਇੱਥੇ ਆ ਗਿਆ ਬਾਅਦ ਵਿੱਚ ਵਿਆਹ ਕਰਕੇ, ਔਰ ਉਹ ਦੋਨੋਂ ਵੈਸ਼ਨੂ ਆ, ਮੇਰੀ ਬੜੀ ਕੁੜੀ ਸ਼ੁਰੂ ਤੋਂ ਵੈਸ਼ਨੂ ਆ, ਅਤੇ ਮੁੰਡਾ ਵੀ ਮੈਨੂੰ ਵੈਸ਼ਨੂ ਮਿਲ ਗਿਆ, ਲੱਭ ਗਿਆ। ਮੈਨੂੰ ਅੱਜ ਤੱਕ ਵੀ ਜਾਣੀ ਸ਼ੋਰਟ ਵਿੱਚ ਕਹਾਂਗੇ, ਬੱਚਿਆਂ ਵੱਲੋਂ ਇੱਕ ਵਾਰੀ ਵੀ ਤਾਂ ਫੋਨ ਨਹੀਂ ਆਇਆ ਕਿ ਅਸੀਂ ਦੁਖੀ ਹਾਂ। ਉਹ ਬਹੁਤ ਸੁਖੀ ਆ ਸਾਰੇ ਤਿੰਨੋਂ ਬੱਚੇ, ਸ਼ੁਕਰ ਕੁਦਰਤ ਦੇ ਰੰਗ ਸਮਝ ਲਓ, ਜਾਂ ਮੇਰੀ ਕਿ ਮੈਂ ਕਿਸੇ ਦੇ ਚੱਕਰ 'ਤੇ ਆਇਆ ਹੀ ਨਹੀਂ। ਮੈਨੂੰ ਬਹੁਤ ਲੋਕਾਂ ਨੇ ਕਿਹਾ, ਮੈਂ ਕਿਹਾ ਜਿੱਦਾਂ ਮੇਰੇ ਬੱਚੇ ਕਹਿਣਗੇ ਨਾ ਮੈਂ ਉਹੀ ਕਰਾਂਗਾ। ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ, ਕਿ ਯੂ ਨੋ, ਐਂਡ ਸ਼ੁਕਰ ਹੈ ਕਿ ਸਾਰਾ ਕੁਛ ਯੂ ਨੋ ਇਨ ਪਲੇਸ ਰਿਹਾ, ਠੀਕ ਬੈਠਿਆ, ਬੱਚੇ ਖੁਸ਼ ਰਹਿਣ ਆਪਣੀ ਆਪਣੀ ਜਗ੍ਹਾ। ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਹਾਜ਼ਰ ਹੋਣੀ ਹਾਂ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਨੇ। ਗੱਲ ਹੋ ਰਹੀ ਹੈ ਪੇਰੈਂਟਸ ਕਿੱਥੇ ਲਾਈਨ ਡਰਾ ਕਰਨ, ਕਿੰਨਾ ਕੁ ਆਪਣਾ ਕਲਚਰ, ਆਪਣਾ ਟ੍ਰੈਡੀਸ਼ਨ, ਆਪਣਾ ਯੂ ਨੋ ਸਭ ਕੁਛ ਨੂੰ ਮੇਨਟੇਨ ਕਰਨ ਵਾਸਤੇ ਕਿੰਨਾ ਇਨਵੋਲਵ ਹੋਣ, ਅਤੇ ਕਿੱਥੇ ਉਹ ਕੰਟਰੋਲ 'ਚ ਬਦਲ ਜਾਏਗਾ, ਕਿੱਥੇ ਤੁਸੀਂ ਸੋਚਦੇ ਹੋ ਕਿ ਹੁਣੇ ਇਨਵੋਲਵਮੈਂਟ ਨਹੀਂ ਰਹੀ, ਹੁਣੇ ਉਹਨਾਂ ਨੂੰ ਪੁਸ਼ ਕਰਨਾ ਜਾਂ ਕੰਟਰੋਲ ਕਰਨਾ ਰਹਿ ਗਿਆ, ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਨਹੀਂ ਠੀਕ, ਕਿਉਂਕਿ ਆਫਟਰ ਆਲ ਬੱਚਿਆਂ ਦਾ ਸੁੱਖ ਮੰਗ ਰਹੇ ਹਾਂ। ਅਤੇ ਅਲਟੀਮੇਟਲੀ ਜਿਸ ਤਰ੍ਹਾਂ ਕੋਈ ਵੀ ਤੁਹਾਡੇ ਕੋਲ ਇਗਜ਼ਾਮਪਲ ਹੋਏ, ਤੁਹਾਡੇ ਨਾਲ ਕੀ ਹੋਇਆ, ਤੁਹਾਨੂੰ ਯੂ ਨੋ ਕਿਸੇ ਦੀ ਗੱਲ ਪਤਾ ਹੋਏ, ਜ਼ਰੂਰ ਸ਼ੇਅਰ ਕਰਕੇ ਆਪਸ 'ਚ ਬੈਠੇ ਹਾਂ, ਤਾਂ ਕਿ ਇਹ ਬੜਾ ਇੱਕ ਯੂ ਨੋ ਚੈਲੇਂਜ ਹੈਗਾ ਸਾਰੇ ਪੇਰੈਂਟਸ, ਸਾਰੇ ਇਮੀਗ੍ਰੈਂਟ ਪੇਰੈਂਟਸ ਵਾਸਤੇ, ਕਿ ਕਿੱਥੇ ਡਰਾ ਕਰਨੀ ਹੈ ਲਾਈਨ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਦੱਸੋ। ਹਾਂਜੀ, ਬਸ ਜੀ, ਸਾਰੇ ਪਾਸੇ ਆਪਾਂ ਜਦੋਂ ਪਹਿਲਾਂ ਆਪਣੀ ਲਾਈਫ ਹੁੰਦੀ ਆ, ਫਿਰ ਬੱਚੇ ਹੁੰਦੇ ਆ, ਬੱਚਿਆਂ ਦੀ ਲਾਈਫ ਹੁੰਦੀ ਆ, ਫਿਰ ਇੱਥੇ ਆ ਕੇ ਵੀ ਆਪਾਂ ਮੋਰ ਉਹ ਹੋ ਜਾਂਦੇ ਆ, ਜਿਵੇਂ ਐਡਵਾਂਸ ਹੀ ਹੋਣਾ ਪੈਂਦਾ ਹੈ, ਕਿਉਂਕਿ ਜਿਹੋ ਜਿਹੀ ਜਗ੍ਹਾ 'ਤੇ ਜਾ ਵੜੋ ਉਹੀ ਜਿਹਾ ਸਾਡਾ ਦਿਲ ਦਿਮਾਗ ਵੀ ਨਾਲ ਕਨਵਰਟ ਹੋਣਾ ਜ਼ਰੂਰੀ ਹੈ, ਹੋ ਜਾਂਦਾ ਜੀ ਜੀ। ਹਾਂਜੀ, ਅਤੇ ਕਹਿੰਦੇ ਆ ਕਿ ਪੇਰੈਂਟਸ ਜਿਹੜੇ ਆਪਾਂ ਮਾਂ ਬਾਪ ਤਾਂ ਹੈਗੇ ਹਾਂ, ਪਰ ਆਪਾਂ ਰੱਬ ਨਹੀਂ ਹੈ ਹੈ ਜੀ ਜੀ ਜੀ। ਤੇ ਪਰਮਾਤਮਾ ਤਾਂ ਕਹਿੰਦੇ ਲੱਖੋਂ ਕੱਖ ਕਰ ਦਿੰਦਾ ਤੇ ਕੱਖੋਂ ਲੱਖ ਕਰ ਦਿੰਦਾ ਏ। ਜਿੰਨਾ ਵੀ ਆਪਾਂ ਪਿੰਡਾਂ ਦੇ ਵਿੱਚ ਹੁੰਦਾ ਸੀ ਨਾ, ਨਹੀਂ ਜੀ ਇਹ ਕੱਲਾ ਮੁੰਡਾ ਏ, ਉਹਦੇ ਕੋਲ 10 ਕਿੱਲੇ ਪੈਲੀ ਦੇ ਆ, ਜੇ ਜ਼ਿਆਦੇ ਸੌਖਾ ਉਹ ਕੁੜੀ ਵਾਸਤੇ ਦੇਖਦੇ ਸੀ ਨਾ, ਉਹ ਧੀ ਪੁੱਤ ਹਮੇਸ਼ਾ ਔਖਾ ਹੁੰਦਾ ਸੀਗਾ। ਤੇ ਇਸ ਕਰਕੇ ਆਪਾਂ ਤਾਂ ਜਿਉਂ ਇੱਥੇ ਆਏ ਸੀਗੇ ਮਤਲਬ 92 ਦੇ ਵਿੱਚ, ਤੇ ਬੱਚੇ ਉਦੋਂ 8 ਸਾਲ ਤੇ 10 ਸਾਲ ਦੇ ਸੀਗੇ ਜੀ, ਤੇ ਆਪਾਂ ਤਾਂ ਨਾਲ ਦੀ ਨਾਲ ਹੀ ਬਣਾ ਲਿਆ ਸੀਗਾ ਵੀ ਜਿੱਥੇ ਬੱਚੇ ਗੋਰੀ ਲਿਆਉਣ, ਕਾਲੀ ਲਿਆਉਣ, ਕਾਲਾ ਆਵੇ, ਗੋਰਾ ਆਵੇ, ਕੋਈ ਵੀ ਆਵੇ, ਆਪਾਂ ਬੱਚਿਆਂ ਦੇ ਨਾਲ ਚੱਲਣਾ ਏ, ਤੇ ਬੱਚਿਆਂ ਪਿੱਛੇ ਕਿਉਂਕਿ ਅੱਗੇ ਪਰਮਾਤਮਾ ਏ। ਤੇ ਬਿਲਕੁਲ ਨੀ, ਕਿਉਂਕਿ ਪਤਾ ਕੀ ਹੈ, ਇਹ ਵੀ ਦਿਲ ਹੁੰਦੇ ਆ ਕਿਸੇ ਦਾ, ਕਿਸੇ ਦੇ ਨਾਲ ਮਤਲਬ ਚੱਲਣ ਦਾ। ਮੈਂ ਆਪਣੇ ਬੱਚਿਆਂ ਦੇ ਪਾਸੇ ਬਿਲਕੁਲ ਇੱਕ ਸ਼ਬਦ ਵੀ ਨਹੀਂ ਬੋਲ ਸਕਦੀ, ਜੇ ਕਿਤੇ ਗੱਲਾਂ ਕਰਨ ਦੇ ਵਿੱਚ ਵੀ ਮੈਨੂੰ ਲੱਗੇ ਕਿ ਮੇਰੀ ਗੱਲ ਕਿਸੇ ਪਾਸੇ ਜਾ ਰਹੀ ਹੈ, ਮੈਂ ਉਸੇ ਪਾਸੇ ਆਪਦੀ ਗੱਲ ਮੋੜ ਲੈਨੀ ਆ। ਹਾਂਜੀ, ਤੇ ਬੱਚਿਆਂ ਦੇ ਦੋਨਾਂ ਦੇ ਹੋ ਗਏ ਕਿ ਮਤਲਬ ਇਹ ਵੀ ਇੱਥੋਂ ਤੱਕ ਵੀ ਸੀਗਾ ਮੈਨੂੰ ਕਿ ਮੈਂ ਆਖਿਆ ਜੇ ਬੱਚਿਆਂ ਦਾ ਕਈ ਵਾਰੀ ਕੋਈ ਰਿਲੇਸ਼ਨ ਹੁੰਦਾ ਏ, ਉਹਦੇ ਰਿਲੇਸ਼ਨ ਦੇ ਵਿੱਚ ਵੀ ਬੱਚੇ ਅੱਗੇ ਵੱਧ ਜਾਂਦੇ ਆ ਤੇ ਕੋਈ ਅਗਲਾ ਰਿਜ਼ਲਟ ਆ ਜਾਂਦਾ ਏ, ਸਾਨੂੰ ਉਹਦੇ ਨਾਲ ਵੀ, ਮੈਂ ਨੀ, ਲੋਕ ਭਾਵੇਂ ਕੁਛ ਵੀ ਕਹੀ ਜਾਣ ਪਰ ਆਪਾਂ ਲੋਕਾਂ ਦਾ ਨੀ ਕਰਨਾ ਵੀ ਲੋਕ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ, ਅਸੀਂ ਆਪਣਾ ਪਰਮਾਤਮਾ ਨੇ ਸਾਨੂੰ ਬੱਚੇ ਦਿੱਤੇ ਆ ਤੇ ਮਾਂ ਪਿਓ ਸਾਨੂੰ ਬਣਾਇਆ ਏ, ਅਸੀਂ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਚੱਲੀਏ, ਇਹਦੇ ਵਿੱਚ ਹੀ ਸਾਡਾ ਵੀ ਭਲਾ ਤੇ ਬੱਚਿਆਂ ਦਾ ਵੀ ਭਲਾ, ਤੇ ਕਰਨ ਵਾਲਾ ਪਰਮਾਤਮਾ ਏ। ਸੋ ਤੁਹਾਡੇ ਹਿਸਾਬ ਨਾਲ ਕਿ ਅਸੀਂ ਮਾਂ ਪਿਓ ਬਣੇ ਰਹੀਏ, ਰੱਬ ਨਾ ਬਣੀਏ?
ਨਾ ਨਾ ਰੱਬ ਆਪਾਂ ਹੈ ਨਹੀਂ ਗੇ ਆਪਾਂ ਜਨਮ ਹੀ ਦਿੰਦੇ ਆ ਨਾ ਬੱਚਿਆਂ ਨੂੰ ਨਹੀਂ ਸਹੀ ਕਹਿ ਰਹੇ ਹੋ ਮੇਰਾ ਮਤਲਬ ਕਹਿਣ ਦਾ ਕਿ ਅਸੀਂ ਜਦੋਂ ਜ਼ਿਆਦਾ ਕੰਟਰੋਲ ਕਰਨ ਲੱਗ ਜਾਂਦੇ ਤੇ ਅਸੀਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਵੀ ਸਾਡਾ ਪੂਰਾ ਹੱਕ ਜਾਂਦੇ ਵੀ ਪਤਾ ਨਹੀਂ ਜਿਹੜੀ ਸਾਡੀ ਸੋਚ ਆ ਹਾਂ ਇਹ ਗਰੀਬ ਆ ਤੇ ਸਾਰੀ ਉਮਰ ਗਰੀਬ ਹੀ ਰਹੂਗਾ ਕਿ ਇੱਕ ਜੇ ਅਮੀਰ ਆ ਤੇ ਸਾਰੀ ਉਮਰ ਅਮੀਰੀ ਦੇ ਵਿੱਚ ਪੈਸੇ ਵਿੱਚ ਹੀ ਸਭ ਕੁਛ ਹੈ ਖਾਂਦੇ ਤਾਂ ਹਰ ਇੱਕ ਬੰਦਾ ਦਾਲ ਰੋਟੀ ਖਾਂਦਾ ਪਿਆ ਨਾ ਜੇ ਜਿਹੜੇ ਇੱਧਰ ਆ ਉਹ ਵੀ ਆਪਦੀ ਰੋਟੀ ਓ ਹੀ ਖਾਂਦੇ ਆ ਆਪਦਾ ਪੇਟ ਹੀ ਭਰਦਾ ਹਰੇਕ ਬੰਦਾ ਤੇ ਜੇ ਕਿਸੇ ਨੂੰ ਚੀਜ਼ਾਂ ਦੇ ਨਾਲ ਮੈਂ ਨੀ ਰੱਬ ਨੇ ਮੋਹ ਪਾਇਆ ਹੀ ਨੀਗਾ ਤੇ ਉਹਦੇ ਵਾਸਤੇ ਤਾਂ ਕੋਈ ਜੇ ਪੰਗਾ ਹੋਣ ਤੇ ਬੈਂਕ ਦੇ ਵਿੱਚ ਮਿਲੀਅਨ ਪਿਆ ਹੋਵੇ ਚਾਹੇ ਉਹਨੇ ਤੇ ਆਪਣੀ ਦਾਲ ਰੋਟੀ ਦੇ ਨਾਲ ਹੀ ਚੱਲਣਾ ਹੈ ਠੀਕ ਹੈ ਸੁਰਿੰਦਰ ਜੀ ਹਾਂਜੀ ਪੈਸਾ ਜਿਹੜਾ ਕੁਛ ਵੀ ਆਉਣੀਆਂ ਜਾਣੀਆਂ ਚੀਜ਼ਾਂ ਹੈ ਸਭ ਆਉਣੀ ਜਾਣੀ ਚੀਜ਼ ਆ ਬਹੁਤ ਵਧੀਆ ਔਰ ਕਈ ਵਾਰੀ ਸੁਣਿਆ ਹੈ ਕਿ ਮੇਰੇ ਕੋਲ ਜਿੰਨੇ ਕੇਸਿਸ ਆਉਂਦੇ ਆ ਜਿੰਨੇ ਮੈਂ ਇੱਥੇ ਲਿਆਉਂਦੀ ਹਾਂ ਉਸ ਤੋਂ ਕਿਤੇ ਜ਼ਿਆਦਾ ਆਉਂਦੇ ਆ ਹਾਂਜੀ ਤੇ ਮੈਂ ਬੜੀ ਵਾਰੀ ਦੇਖਿਆ ਕਿ ਪੇਰੈਂਟਸ ਬੜਾ ਡਿਸਐਗਰੀ ਕਰਦੇ ਨੇ ਗੋਰੀ ਹੋਏ ਕਾਲੀ ਹੋਏ ਜਿਵੇਂ ਹੋਏ ਨਾ ਕੋਈ ਕਮਿਊਨਿਟੀ ਤੋਂ ਬਾਹਰ ਹੋਏ ਉਹ ਫਿਰ ਵੀ ਬਰਦਾਸ਼ਤ ਕਰ ਲੈਂਦੇ ਨੇ ਪਹਿਲੇ ਔਖੇ ਕਰਦੇ ਨੇ ਪਰ ਬਰਦਾਸ਼ਤ ਕਰ ਲੈਂਦੇ ਪਰ ਪਤਾ ਨਹੀਂ ਰੱਬ ਨੇ ਨਾ ਇਹ ਮੈਨੂੰ ਕੁਛ ਅਜੀਬ ਚੀਜ਼ ਦਿੱਤੀ ਆ ਕਿ ਮੈਨੂੰ ਹਰ ਚੀਜ਼ ਦੇ ਨਾਲ ਬੜਾ ਪਿਆਰ ਹੋ ਜਾਂਦਾ ਨਹੀਂ ਮੈਂ ਕਹਿ ਰਹੀ ਹਾਂ ਕਿ ਇੱਕ ਜਾਨਵਰਾਂ ਨਾਲ ਵੀ ਮੇਰੇ ਬੇਟੇ ਨੇ ਹੁਣ 2 ਬਿੱਲੀਆਂ ਲਿਆਂਦੀਆਂ ਮੈਨੂੰ ਉਹਨਾਂ ਨਾਲ ਵੀ ਇੰਨਾ ਪਿਆਰ ਹੈ ਇੱਕ ਕਹੂਗੀ ਜੇ ਦਰਵਾਜ਼ਾ ਖੋਲ ਦਿਓ ਅੰਦਰ ਜਾਣਾ ਤੇ ਅੰਦਰ ਜਾ ਵੜੂਗੀ ਮੈਂ ਤਾਂ ਜਾਨਵਰ ਨੂੰ ਵੀ ਨਹੀਂ ਰੋਕ ਸਕਦੀ ਅਸੀਂ ਘਰ ਦੇ ਵਿੱਚ ਵੀ ਸਾਡੇ ਮੱਝਾਂ ਹੁੰਦੀਆਂ ਸੀਗੀਆਂ ਮੱਝਾਂ ਵੀ ਪਤਾ ਕੀ ਬੱਚਿਆਂ ਵਾਂਗੂ ਰੱਖੀਆਂ ਹੁੰਦੀਆਂ ਸੀ ਸਾਡੀ ਮਾਂ ਦੀਆਂ ਬਿਲਕੁਲ ਬਿਲਕੁਲ ਪਿਆਰ ਦੀ ਗੱਲ ਹੈ ਸਾਰੀ ਮੈਂ ਨਫ਼ਰਤ ਕਿਸੇ ਚੀਜ਼ ਨੂੰ ਮੈਂ ਨਹੀਂ ਕਰ ਸਕਦੀ ਕਿਉਂਕਿ ਆਪਣੇ ਰੈਸਟੋਰੈਂਟ ਹੁੰਦਾ ਸੀਗਾ ਤੇ ਉੱਥੇ ਕਾਲਿਆਂ ਨੇ ਆਉਣਾ ਗੋਰਿਆਂ ਨੇ ਆਉਣਾ ਕਾਲਿਆਂ ਨਾਲ ਵੀ ਸਰਵ ਕਰਦੀ ਸੀ ਮੈਂ ਆਪ ਜਾ ਕੇ ਤੇ ਹਰੇਕ ਬੰਦੇ ਵਿੱਚ ਕੋਈ ਚੀਜ਼ ਇਹੋ ਜਿਹੀ ਖਿੱਚਵੀਂ ਆ ਹਰੇਕ ਬੰਦੇ ਦੇ ਅੰਦਰ ਕਿਉਂਕਿ ਪਰਮਾਤਮਾ ਬੈਠਾ ਹੈ ਬਹੁਤ ਵਧੀਆ ਥੈਂਕ ਯੂ ਉਹ ਚੀਜ਼ ਬਣਾਈ ਆ ਉਹਦੇ ਵਿੱਚ ਜਿਵੇਂ ਕਹਿੰਦੇ ਕਾਲਾ ਵੀ ਹੋਵੇ ਕਿੰਨੀ ਕਾਲੀ ਹੋਵੇ ਕੋਈ ਕਿਵੇਂ ਵੀ ਆ ਤੇ ਉਹਦੇ ਵਿੱਚ ਵੀ ਇੱਕ ਦਿਲ ਪਰਮਾਤਮਾ ਦਾ ਜਿਹੜਾ ਬਿਠਾਇਆ ਹੋਇਆ ਨਾ ਬਹੁਤ ਸ਼ਾਨਦਾਰ ਚੀਜ਼ ਆ ਪਿਆਰ ਕਰਨਾ ਸਿੱਖ ਲਓ ਤੇ ਕੋਈ ਚੀਜ਼ ਵੀ ਤੁਹਾਨੂੰ ਮਾੜੀ ਨਹੀਂ ਲੱਗਦੀ ਪਤਾ ਕੀ ਆ ਬਹੁਤ ਵਧੀਆ ਸੁਰਿੰਦਰ ਜੀ ਇਸੀ ਨੋਟ ਦੇ ਉੱਤੇ ਵੈਸੇ ਜਿਸ ਤਰ੍ਹਾਂ ਮੈਂ ਕਿ ਅਸਲ 'ਚ ਹੱਲ ਮੈਨੂੰ ਲੱਗਦਾ ਇਹੀ ਹੈ ਸੁਰਿੰਦਰ ਜੀ ਜੋ ਕਹਿ ਰਿਹਾ ਕੋਈ ਲਾਈਨ ਨਹੀਂ ਡਰਾ ਕਰਨੀ ਕੁਛ ਨਹੀਂ ਕਰਨਾ ਜੇ ਪਿਆਰ ਕਰਾਂਗੇ ਨਾ ਤਾਂ ਫਿਰ ਉਹ ਆਪਣੇ ਬੱਚਿਆਂ ਨੂੰ ਵੀ ਇਸ ਆਸ ਵਿੱਚ ਨਹੀਂ ਕਿ ਮੇਰੀ ਗੱਲ ਮੰਨਣਗੇ ਨਹੀਂ ਮੰਨਣਗੇ ਉਸ ਛੱਛੋ ਪੰਜ ਨਹੀਂ ਰਾਂਗੇ ਬਸ ਸਿਰਫ ਪਿਆਰ ਦਾਂਗੇ ਔਰ ਜਿਹੜੇ ਅਗਲੇ ਆਉਣੇ ਹੈ ਕੁੜੀ ਹੋਏ ਮੁੰਡਾ ਹੋਏ ਉਹਨੂੰ ਵੀ ਪੂਰਾ ਪਿਆਰ ਹੀ ਦਾਂਗੇ ਅਤੇ ਬਟ ਜਿਵੇਂ ਮੈਂ ਕਹਿ ਰਹੀ ਹਾਂ ਕਿ ਮੇਰੇ ਕੋਲ ਕੇਸਿਸ ਬੜੇ ਆਉਂਦੇ ਆ ਮੇਰਾ ਐਕਸਪੀਰੀਅੰਸ ਹੈ ਕਿ ਮੈਨੂੰ ਤਾਜੁਬ ਹੁੰਦਾ ਹੈ ਸਰਪ੍ਰਾਈਜ਼ ਨਾ ਮੈਂ ਇਸ ਚੀਜ਼ 'ਤੇ ਕਿ ਕੋਈ ਆਪਣੀ ਕਮਿਊਨਿਟੀ ਤੋਂ ਬਾਹਰ ਵਾਲਾ ਆਉਂਦਾ ਹੈ ਅਤੇ ਪੇਰੈਂਟਸ ਫਿਰ ਵੀ ਥੋੜ੍ਹਾ ਘੱਟ ਐਗਰੈਸਿਵ ਹੁੰਦੇ ਆ ਵੀ ਇੰਜ ਕਰ ਰਿਹਾ ਦੁੱਖ ਹੋ ਰਿਹਾ ਫਿਰ ਮੰਨ ਗਏ ਪਰ ਅਗਰ ਆਪਣੀ ਕਮਿਊਨਿਟੀ ਦੇ ਵਿੱਚੋਂ ਕੋਈ ਜ਼ਿਆਦਾ ਉੱਪਰ ਥੱਲੇ ਫਾਈਨੈਂਸ਼ਲੀ ਹੋਏ ਜਾਂ ਉਹਨਾਂ ਨੂੰ ਲੱਗਦਾ ਸਟੈਟਸ ਫਰਕ ਹੈ ਜਾਂ ਉਹਨਾਂ ਨੂੰ ਕੁਛ ਜਾਤ ਦਾ ਹੀ ਫਰਕ ਲੱਗਦਾ ਉਹਦੇ ਵਿੱਚ ਜ਼ਿਆਦਾ ਅਪੋਜ਼ ਕਰਦੇ ਨੇ ਉਹਦੇ 'ਚ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਬੱਚੇ ਇਹ ਨਾ ਕਰਨ ਇਹ ਮੈਨੂੰ ਯੂ ਨੋ ਇਹ ਮੇਰੇ ਵਾਸਤੇ ਸਰਪ੍ਰਾਈਜ਼ ਹੈ ਕਿ ਕਿਉਂ ਹੁੰਦਾ ਇੰਜ ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਕਮ ਬੈਕ ਤੁਸੀਂ ਸਾਰੇ ਕਾਲ ਜ਼ਰੂਰ ਕਰੋ ਵੈਲਕਮ ਬੈਕ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਮੈਂ ਪਰਮਜੀਤ ਬੋਲਦੀ ਪਈ ਹਾਂ ਹਾਂਜੀ ਪਰਮਜੀਤ ਜੀ ਦੱਸੋ ਕੀ ਕਹਿੰਦੇ ਹੋ ਜੀ ਅਰਵਿੰਦ ਜੀ ਮੈਂ ਤਾਂ ਆਪਣੀ ਗੱਲ ਕਰਦੀ ਹੈਗੀ ਆ ਨਾ ਕਿ ਮੈਂ ਤਾਂ ਆਪਣੇ ਬੱਚਿਆਂ ਦੇ ਨਾਲ ਫਰੈਂਡਸ਼ਿਪ ਕੀਤੀ ਹੋਈ ਹੈਗੀ ਆ ਕਿ ਜਿੱਦਾਂ ਬੱਚੇ ਗਰੋ ਕਰਦੇ ਹੈਗੇ ਉਹਨਾਂ ਦੇ ਨਾਲ ਦੋਸਤੀ ਕਰੋ ਸਾਡੇ ਵਿੱਚ ਕੋਈ ਬੈਰੀਅਰ ਨਹੀਂ ਹੈਗਾ ਅਸੀਂ ਹਰ ਟੌਪਿਕ ਤੇ ਹਰ ਗੱਲ ਨੂੰ ਓਪਨਲੀ ਡਿਸਕਸ ਕਰਦੇ ਹੈਗੇ ਆ ਤੇ ਉਹਨਾਂ ਨੂੰ ਬੱਚਿਆਂ ਨੂੰ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਵੀ ਦਿਓ ਘਰ ਦੀਆਂ ਬਾਹਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਦਿਓ ਕਿ ਬੱਚੇ ਆਪਣੀ ਰਿਸਪੋਂਸੀਬਿਲਿਟੀ ਸਮਝਣ ਕਿ ਉਹਨਾਂ ਨੂੰ ਜ਼ਿੰਦਗੀ ਜੀਣ ਦਾ ਤਰੀਕਾ ਆਵੇ ਜੀ 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 ਤੇ ਰਹੀ ਹਾਂਜੀ ਵਿਆਹ ਦੀ ਗੱਲ ਹਾਂਜੀ ਹਾਂਜੀ ਵਿਆਹ ਦੀ ਗੱਲ ਰਹੀ ਤੇ ਮੈਂ ਇਹ ਸੋਚਦੀ ਹਾਂ ਕਿ ਬੱਚੇ ਕਿਸੇ ਵੀ ਕਾਸਟ ਦੇ ਵਿੱਚ ਵਿਆਹ ਕਰਾ ਸਕਦੇ ਨੇ ਲੇਕਿਨ ਉਹ ਹੋਰ ਸਿੱਖ ਧਰਮ ਦੇ ਮੈਂ ਇਸ ਚੀਜ਼ ਨੂੰ ਇੱਕ ਲਾਈਨ ਡਰਾ ਕਰਦੀ ਹਾਂ ਆਪਣੇ ਬੱਚਿਆਂ ਲਈ ਕਿ ਉਹ ਕਿਸੇ ਵੀ ਕਾਸਟ ਵਿੱਚ ਵਿਆਹ ਕਰਾਉਣ ਲਵ ਮੈਰਿਜ ਕਰਾਉਣ ਕੋਈ ਪ੍ਰੋਬਲਮ ਨਹੀਂ ਹੈਗੀ ਜਿਹਦੇ ਨਾਲ ਮਰਜ਼ੀ ਵਿਆਹ ਕਰਾਉਣ ਕੋਈ ਪ੍ਰੋਬਲਮ ਨਹੀਂ ਜੇ ਮੈਨੂੰ ਅਮੀਰੀ ਗਰੀਬੀ ਦੇ ਨਾਲ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਪੈਸਾ ਤਾਂ ਹੱਥ ਦੀ ਮੈਲ ਹੈਗੀ ਆ ਅੱਜ ਹੈਗਾ ਕੱਲ ਨੂੰ ਨਾ ਹੋਵੇ ਕੋਈ ਪਤਾ ਨਹੀਂ ਹੁੰਦਾ ਬੰਦੇ ਨੂੰ ਟਾਈਮ ਦਾ ਨਹੀਂ ਪਤਾ ਹੁੰਦਾ ਤੇ ਲੇਕਿਨ ਮਤਲਬ ਕਿ ਆਪਣੇ ਧਰਮ ਦੇ ਵਿੱਚ ਬੱਚੇ ਵਿਆਹ ਕਰਾਉਣ ਮੇਰੀ ਇਹ ਇੱਛਾ ਹੈਗੀ ਹੁਣ ਅੱਗੇ ਦੇਖੋ ਵਕਤ ਕੀ ਕਰਦਾ ਹੈਗਾ ਟਾਈਮ ਅੱਗੇ ਬੱਚੇ ਕੀ ਕਰੂਗੇ ਤਾਂ ਟਾਈਮ ਹੀ ਦੱਸੂਗਾ
ਬਹੁਤ ਵਧੀਆ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦੈਟ ਪਰਮਜੀਤ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਤਾਂ ਪਹਿਲੀ ਵਾਰ ਤੁਹਾਨੂੰ ਕਾਲ ਕਰਨ ਲੱਗਾ ਜੀ। ਹਾਂਜੀ ਸਵਾਗਤ ਹੈ, ਦੱਸੋ। ਹਾਂਜੀ ਤੁਸੀਂ ਪਲੀਜ਼ ਟੀਵੀ ਤੇ ਨਾ ਸੁਣੋ ਗੱਲ, ਪ੍ਰੋਗਰਾਮ ਤੋਂ ਬਹੁਤ ਲੋਕ ਸੇਧ ਲੈ ਰਹੇ ਆ ਜੀ ਜੀ, ਕਿਉਂਕਿ ਤੁਹਾਡਾ ਪ੍ਰੋਗਰਾਮ ਜਿਹੜਾ ਹੈ ਬਹੁਤ ਅੱਛਾ ਆਇਆ ਤੇ ਕਾਫੀ ਲੋਕਾਂ ਨੂੰ ਇਸ ਤੋਂ ਸੇਧ ਮਿਲਦੀ ਆ। ਤੇ ਬਾਕੀ ਮੈਂ ਇਸ ਵਿਚਾਰ ਨਾਲ ਸਹਿਮਤ ਆ ਵੀ ਆਪਣੇ ਬੱਚਿਆਂ ਨੂੰ ਇੰਨਾ ਕਾਬਲ ਬਣਾ ਦਿਓ ਕਿ ਉਹਨਾਂ ਨੂੰ ਚੋਣ ਕਰਨੀ ਆਉਂਦੀ ਹੋਵੇ, ਉਹ ਸਹੀ ਚੋਣ ਕਰ ਸਕਣ ਆਪਣੇ ਸਾਥੀ ਦੀ। ਹਾਂ, ਵਾਂਸ ਉਹ ਕਰਦੇ ਨੇ ਫਿਰ ਉਹਨੂੰ ਟਰਸਟ ਕਰਨਾ ਪਏਗਾ ਵੀ ਉਹ ਠੀਕ ਹੀ ਕਰ ਰਹੇ ਹੋਣੇ। ਆਪਾਂ ਨੂੰ ਗਾਈਡ ਰਹਿਣਾ ਚਾਹੀਦਾ, ਕੰਟਰੋਲ ਨਹੀਂ ਕਰਨਾ ਚਾਹੀਦਾ। ਠੀਕ ਹੈ ਠੀਕ ਹੈ, ਆਪਾਂ ਨੂੰ ਉਹਨਾਂ ਦੇ ਗਾਈਡ ਬਣ ਕੇ ਰਹਿਣਾ ਚਾਹੀਦਾ ਜੀ। ਜੀ ਬਹੁਤ ਵਧੀਆ ਜੀ, ਇਹਨਾਂ ਜੇ ਆਪਾਂ ਕੰਟਰੋਲ ਕਰਾਂਗੇ ਤਾਂ ਉਹ ਫਿਰ ਸਹੀ ਨਹੀਂ ਰਹਿ ਸਕਦਾ। ਪਰ ਦੇਖੋ ਕਈ ਐਗਜ਼ਾਮਪਲਸ ਜਿਵੇਂ ਹੈਗੇ ਆ ਕਿ ਇੱਕ ਵਾਰੀ ਗਾਈਡ ਜ਼ਰੂਰ ਕਰੋ ਜੀ। ਜੀ ਬਹੁਤ ਵਧੀਆ, ਓਕੇ ਜੀ, ਥੈਂਕ ਯੂ ਸੋ ਮਚ ਜੀ। ਇਹਨਾਂ ਨੂੰ ਪੁੱਛਦੀ ਆ। ਹੈਲੋ ਹੈਲੋ, ਹਾਂਜੀ ਹਾਂਜੀ, ਨਸੀਬ ਜੀ ਕੀ ਕਹਿੰਦੇ ਹੋ? ਹਾਂਜੀ, ਅਜੇ ਇਸ ਤਰ੍ਹਾਂ ਹੈ ਜਿਹੜੀ ਗੱਲ ਅੱਜ ਕਰ ਰਹੇ ਹਾਂ ਮੁੱਦਾ, ਹਾਂਜੀ, ਜਿਹੜੇ ਇੱਥੋਂ ਦੇ ਬੱਚੇ ਜੰਮੇ ਆ ਨਾ, ਹਾਂਜੀ, ਉਹ ਇੰਡੀਆ ਦੇ ਬੱਚਿਆਂ ਨੂੰ ਕਦੇ ਉਹ ਨਹੀਂ ਲਾਇਕ ਕਰਨਗੇ। ਮਤਲਬ ਜਾਇਦਾਦ ਹੋਵੇ, ਪੜ੍ਹੇ ਲਿਖੇ ਹੋਣ, ਕਿੰਨੇ ਵੀ ਇੰਜੀਨੀਅਰ ਹੋਣ, ਇੱਥੋਂ ਦੇ ਬੱਚਿਆਂ ਦਾ ਤਾਂ ਇੱਥੇ ਹੀ ਰਿਸ਼ਤਾ ਹੋਣਾ ਚਾਹੀਦਾ। ਦੇਖੋ ਪਹਿਲਾਂ ਤੁਸੀਂ ਜਿਹੜੇ ਸ਼ੁਰੂ 'ਚ ਗੱਲ ਕਰੀ ਸੀ ਉਹ ਪ੍ਰੋਬਲਮ ਆਈ, ਤੇ ਪਹਿਲਾਂ ਕਰ ਦਿੰਦੇ ਕਿੱਡੀ ਵਧੀਆ ਗੱਲ ਸੀ, ਬੱਚਿਆਂ ਦੀ ਨਹੀਂ ਮੰਨੀ, ਪਰ ਮੰਨਣੀ ਬੱਚਿਆਂ ਦੀ ਚਾਹੀਦੀ ਮਾਂ ਬਾਪ ਨੂੰ, ਪਹਿਲਾਂ ਕਿੰਨੇ ਵੱਡੇ ਹੋਣ। ਦੇਖੋ ਉਹ ਤਾਂ ਹੱਦ ਹੀ ਹੋ ਗਈ ਨਾ ਕਿ ਬੰਦਾ, ਤੁਸੀਂ ਬੰਦਾ ਮਾਰਤਾ ਉਸ 'ਚ, ਬੰਦਾ ਹੀ ਮਾਰਤਾ। ਦੇਖੋ ਜਦੋਂ ਮੁੰਡੇ ਦਾ 22 ਸਾਲ 23 ਸਾਲ ਦਾ ਮੁੰਡਾ ਉਸ ਪਰਿਵਾਰ ਵਾਸਤੇ ਸੋਚ, ਪਹਿਲਾਂ ਤੂੰ ਮੰਨਿਆ ਨਹੀਂ, ਜੋ ਵਿਆਹ ਕਰਾਇਆ ਆ ਤੇ ਫਿਰ ਤੂੰ ਮਾਰ ਕੇ, ਮੈਂ ਉਹਨੂੰ ਫਾਂਸੀ ਹੋਣੀ ਚਾਹੀਦੀ ਸੀ। ਮੈਂ ਤਾਂ ਐ ਆ ਨਹੀਂ ਹੈ, ਚਾਹੇ ਉਮਰ ਕੈਦ ਚਾਹੇ ਫਾਂਸੀ, ਉਹ ਬੰਦੇ ਨੂੰ ਛੱਡਣਾ ਨਹੀਂ ਚਾਹੀਦਾ। ਕਿ ਇਹਦਾ ਜਵਾਨ ਪੁੱਤ, ਉਹ ਕੁੜੀ ਦੀ ਜ਼ਿੰਦਗੀ ਖਰਾਬ ਜਿਹੜੀ ਇੰਡੀਆ ਰੁਲਦੀ ਰਹਿੰਦੀ ਹੈ, ਕਿਵੇਂ ਜ਼ਿੰਦਗੀਆਂ ਖਰਾਬ ਹੁੰਦੀਆਂ। ਤੇ ਪਹਿਲਾਂ ਕੁੜੀ ਨੂੰ ਮਨਾ ਲੈਂਦਾ, ਆਪ ਮੰਨ ਜਾਂਦਾ, ਕੁੜੀ ਤਾਂ ਮੰਨਦੀ ਸੀ। ਤੇ ਉਸ ਗੱਲ ਨੂੰ ਨਾ ਬੱਚਿਆਂ ਦਾ ਮੈਦਾਨ ਹੀ, ਸਾਡੇ ਬੱਚੇ ਅਸੀਂ ਹੈਗੇ ਗ੍ਰਹਿਣ ਸਨ ਨਾ, ਹੋਰ ਵੀ ਇੱਥੇ ਸਾਡੇ ਰਿਸ਼ਤੇਦਾਰਾਂ ਦੇ, ਅਸੀਂ ਹੋਈ ਵੀ ਇੱਕ ਦੋ ਗੱਲ, ਗੋਰੀ ਨਾਲ ਮੁੰਡੇ ਨੇ ਵਿਆਹ ਕਰਾ ਲਿਆ, ਉਹ ਫਿਰ ਨਹੀਂ ਫਿਰ ਪਾਈ ਗੱਲ 2 ਸਾਲ ਬਾਅਦ, ਵੀ ਗੋਰੀ ਕਾਲੇ ਨਾ ਹੋਣ। ਹੋਰ ਆਪਣੀਆਂ 3-4 ਬਰਾਦਰੀਆਂ, ਜ਼ਿਮੀਦਾਰ, ਮਿਸਤਰੀ, ਦਰਜੀ, ਤੇ ਇਹ 3 ਬਰਾਦਰੀਆਂ, ਇੱਕ ਹੋਰ ਆ ਸੁਨਿਆਰੇ, ਸੋਨੇ ਵਾਲੇ, ਇਹ 4 ਬਰਾਦਰੀਆਂ ਮਾੜੀਆਂ ਨੇ। ਮੁੰਡੇ ਦੀ ਪੜ੍ਹਾਈ ਬੱਚਿਆਂ ਦੀ ਬਰਾਬਰ ਦੀ ਹੋਣੀ ਚਾਹੀਦੀ ਹੈ, ਅੱਛੀ ਹੋਵੇ, ਐਜੂਕੇਸ਼ਨ ਹੋਵੇ, ਕੋਈ ਬਰਾਦਰੀ ਨਾਲ ਕੁਛ ਨਹੀਂ ਪਿਆ। ਜੇ ਬੱਚੇ ਖੁਸ਼ ਆ, ਬੱਚੇ ਆਪ ਉਹਨਾਂ ਨੂੰ ਪਤਾ ਹੁੰਦਾ ਵੀ ਸੁਭਾਅ, ਹੁਣ ਜੇ ਆਪਣੀ ਬਰਾਦਰੀ ਦਾ ਬੱਚਾ ਆਪਾਂ ਭਾਲਦੇ ਭਾਲਦੇ ਰਹਿ ਜਾਂਦੇ, ਬੱਚਾ ਵੱਡਾ ਹੋ ਜਾਂਦਾ ਹੈ, ਬਰਾਬਰ ਦੀ ਕੋਈ ਨੌਕਰੀ ਨਹੀਂ, ਨਾ ਵੀ ਬਰਾਬਰ ਦੀ ਹੋਵੇ, ਕੋਈ ਨੌਕਰੀ ਤਾਂ ਹੋਵੇ ਨਾ, ਵੀ ਐਜੂਕੇਸ਼ਨ ਅੱਛੀ ਹੋਵੇ, ਪੜ੍ਹਿਆ ਲਿਖਿਆ ਹੋਵੇ। ਤੇ ਇਹ ਬੱਚਿਆਂ ਦੀ ਗੱਲ ਮੰਨਣੀ ਚਾਹੀਦੀ ਹੈ, ਤੇ ਕਦੇ ਨਾ ਹੋਵੇ ਇਹ ਗੱਲ ਵੀ ਜਿਵੇਂ ਇੰਡੀਆ ਕਰਕੇ ਆਵਾਂਗੇ, ਪਹਿਲੀ ਜ਼ਿਆਦੇ ਹੋਵੇ। ਮੈਂ ਇਸ ਗੱਲ 'ਚ ਨਹੀਂ ਐਗਰੀ, ਮੈਂ ਇਹੀ ਗੱਲ ਕਹਿੰਦੀ ਹਾਂ ਵੀ ਹਰ ਇੱਕ ਨੂੰ ਮੈਂ ਜੋ ਸੁਣਦੇ ਆ ਵੀ ਜੇ ਬੱਚੇ ਜਵਾਨ ਹੋ ਜਾਂਦੇ ਆ ਨਾ, ਇਹ ਕਦੇ ਨਾ ਸੋਚੇ ਬੱਚਾ ਕਿਉਂ ਕਹਿੰਦਾ। ਅਸੀਂ ਤਾਂ ਬੱਚਿਆਂ ਤੋਂ ਪੁੱਛਦੇ ਹਾਂ, ਪੁੱਤ ਤੁਸੀਂ ਦੇਖੋ, ਸਾਨੂੰ ਨਾ ਭਾਲਣਾ ਪਵੇ, ਤੁਸੀਂ ਸਾਨੂੰ ਲਿਆ ਕੇ ਦਿਖਾਓ, ਇੱਕ ਕਾਲਾ ਤੇ ਇੱਕ ਗੋਰਾ ਨਾ ਹੋਵੇ, ਇੱਥੋਂ ਦਾ ਉਹ ਨਹੀਂ ਨਿਭਦੇ ਨਾਲ। ਠੀਕ ਹੈ, ਹਾਂ, ਦੂਜੀ 4 ਬਰਾਦਰੀਆਂ ਦੇ ਵਿੱਚ ਨਾ ਕੋਈ ਮਤਲਬ ਫਰਕ ਨਹੀਂ ਗਾ ਵੀ ਅਸੀਂ ਜ਼ਿਮੀਦਾਰ, ਸਰਦਾਰ, ਵੱਡੇ ਆ, ਅਸੀਂ ਬਰਾੜ ਆ, ਇਹ ਦਰਜੀ ਆ, ਇਹ ਮਿਸਤਰੀ ਆ, ਜਾਂ ਇਹ ਇਹ ਬਹੁਤ ਜਿਹੜੇ ਮਿਸਤਰੀ ਆ ਜਾਂ ਸੁਨਿਆਰੇ, ਉਹ ਆਪਾਂ ਤੋਂ ਉੱਚੇ ਉੱਚੇ ਜ਼ਿਮੀਦਾਰਾਂ ਤੋਂ ਉੱਚੇ ਉੱਚੇ ਵੀ ਪਏ ਆ। ਠੀਕ ਹੈ, ਪੜ੍ਹਾਈ ਹੈ ਤਾਂ ਪੜ੍ਹਾਈ ਦੇਖਣੀ ਆ, ਬਰਾਦਰੀ ਨਹੀਂ ਦੇਖਣੀ। ਠੀਕ ਹੈ ਜੀ, ਠੀਕ ਹੈ, ਬਰਾਦਰੀ ਤਾਂ ਸਾਰਿਆਂ ਦੀ ਇੱਕੋ ਹੀ ਹੈ। ਹਾਂ, ਇੱਕੋ ਬਰਾਦਰੀ, ਕੋਈ ਬਰਾਦਰੀ ਆਪਣੇ ਇੱਥੋਂ ਦੇ ਹੋਣ ਵੀ ਜਿਵੇਂ ਇੰਡੀਆ ਦੇ ਹੋਣ, ਹਿੰਦੁਸਤਾਨ ਦੇ ਹੋਣ। ਠੀਕ ਹੈ ਨਸੀਬ ਜੀ, ਹਾਂ, ਹੋਰ ਪੁੱਛਦੀ ਵੀ ਹੈ, ਕਿੰਨੇ ਪੜ੍ਹੇ ਲਿਖੇ ਤੇ ਗੁਜਰਾਤੀ ਵੀ ਹੈ, ਕਈ ਵਾਰ ਕਈ ਬੱਚੇ ਗੁਜਰਾਤੀਆਂ ਨਾਲ ਪੰਜਾਬੀ ਕਰਾ ਲੈਂਦੇ ਆ, ਮੁਸਲਮਾਨਾਂ ਨਾਲ ਕਈ ਕਰਾ ਲੈਂਦੇ ਆ, ਫਿਰ ਉਹ ਥੋੜ੍ਹੀ ਜਿਹੀ ਗਲਤ ਗੱਲ, ਪਰ ਕਈ ਕਰਾ ਵੀ ਲੈਂਦੇ ਆ, ਬੱਚਿਆਂ ਦੀ ਮਾਂ ਪਿਓ ਨਹੀਂ, ਜਿਹੜੇ ਬੱਚੇ ਨਹੀਂ ਮੰਨਦੇ, ਬੱਚਿਆਂ ਦੀ ਮੰਨਣੀ ਪੈਂਦੀ ਹੈ, ਮੰਨਣੀ ਪੈਂਦੀ। ਓਕੇ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਲੰਮੀ ਗੱਲ ਛੇੜ ਲਈ। ਹੈਲੋ, ਹੈਲੋ, ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਗਿਆਨ ਸਿੰਘ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਜੋ ਕਿ ਕਿੰਨਾ ਉਹੀ ਕਹਿਣਾ ਜੀ। ਹਾਂਜੀ, ਵੈਸੇ ਤਾਂ ਪਰਮਾਤਮਾ ਨੇ ਜਿੱਦਾਂ ਲਿਖੇ ਆ ਉਦਾਂ ਹੀ ਹੋ ਹੀ ਜਾਂਦਾ ਹੈ।
ਹਾਂ ਤੇ ਉਹਦੇ ਵਿੱਚ ਇਹ ਉਹਦੇ ਚ ਰਿੱਖਾ ਨਹੀਂ ਬਣਨਾ ਚਾਹੀਦਾ ਮਾਂ ਪੇ ਨੂੰ। ਹੁਣ ਜੋ ਸਮਾਂ ਜਾ ਰਿਹਾ ਨਾ, ਜੇ ਕੋਈ ਬੱਚਾ ਆਪਣਾ ਲੜਕਾ ਲੜਕੀ ਜੇ ਕਿਸੇ ਪਾਸੇ ਕੋਈ ਗੱਲ ਪਸੰਦ ਕਰਦੇ ਆ ਤੇ ਉਹਨਾਂ ਦੀ ਇੰਨਾ ਦੇਖ ਚੈੱਕ ਕਰ ਲੋ ਵੀ ਆਇਆ ਉਹ ਪਰਿਵਾਰ ਠੀਕ ਹੈਗੇ ਵੀ ਆ, ਹੈਨਾ। ਤੁਸੀਂ ਲੜਕੀ ਵਿਆਹਣੀ ਆ, ਲੜਕਾ ਉਹ ਪਸੰਦ ਕਰ ਲਿਆ, ਲੜਕੇ ਦਾ ਪਰਿਵਾਰ ਦੇਖ ਲੋ, ਲੜਕੇ ਦਾ ਕਰੈਕਟਰ, ਲੜਕੇ ਦੇ ਬਾਕੀ ਸਭ ਆਪ ਚੈੱਕ ਕਰ ਲੋ ਤੁਸੀਂ ਹੈਂ। ਤੇ ਜੇ ਤੁਹਾਨੂੰ ਕੋਈ ਉਹ ਚ ਮਾੜੀ ਗੱਲ ਲੱਗੇ ਤਾਂ ਆਪਣੇ ਧੀ ਪੁੱਤ ਨੂੰ ਸਮਝਾ ਲਓ, ਸਾਨੂੰ ਵੀ ਆਹ ਪਤਾ ਲੱਗਾ ਵੀ ਤੂੰ ਖਾਲੀ ਇਹ ਨਾ ਦੇਖ ਮੇਰੀ ਪਸੰਦ ਹੈ, ਸਾਡੀ ਲਵ ਹੈ, ਵੀ ਇੰਨਾ ਕੁ ਸਮਝਾ ਲਓ। ਜੇ ਉਹ ਚੰਗਾ ਲੱਗੇ ਤਾਂ ਕਰ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ। ਠੀਕ ਹੈ, ਬਹੁਤ ਵਧੀਆ ਹਿਸਾਬ ਨਾਲ, ਬਹੁਤ ਵਧੀਆ ਗਿਆਨ ਸਿੰਘ ਜੀ। ਸੋ ਇਹਨਾਂ ਦੇ ਹਿਸਾਬ ਨਾਲ ਕਿ ਅਗਰ ਬੱਚਿਆਂ ਨੂੰ ਪਸੰਦ ਹੈ ਤੇ ਛਾਣਬੀਨ ਜਿਵੇਂ ਉਸ ਟ੍ਰੈਡੀਸ਼ਨ ਤੋਂ ਚੱਲਦੇ ਆ ਰਹੇ ਉਹ ਜ਼ਰੂਰ ਕਰੋ ਕੀ ਹੈਗਾ, ਔਰ ਉਹਦੇ ਸਾਹਮਣੇ ਸਮਝਾਉਣਾ ਵੀ ਕੀ ਹੈ, ਫੈਕਟਸ ਨੂੰ ਬੱਚਿਆਂ ਦੇ ਸਾਹਮਣੇ ਰੱਖੋ। ਜੇ ਕੁਛ ਯੂਨੋ ਜੋ ਵੀ ਫੈਕਟਸ ਮਿਲਦੇ ਆ ਤੁਹਾਨੂੰ ਪਤਾ ਜ਼ਰੂਰ ਕਰੋ, ਉਨਾ ਡਿਊਟੀ ਸ਼ਾਇਦ ਪੇਰੈਂਟ ਦੀ ਹੈਗੀ ਹੈ, ਹਾਲੇ ਵੀ ਹੈਗੀ ਹੈ, ਔਰ ਫਿਰ ਐਸ ਫੈਕਟਸ ਤੁਸੀਂ ਉਹਨਾਂ ਦੇ ਸਾਹਮਣੇ ਰੱਖੋ, ਫਿਰ ਅਡਲਟਸ ਨੇ ਤਾਂ ਫਿਰ ਟਰੱਸਟ ਕਰੋ ਕਿ ਉਹ ਕੀ ਚੂਜ਼ ਕਰ ਰਹੇ ਨੇ। ਬਟ ਲੈਟਸ ਸੀ ਆਫਟਰ ਦ ਬ੍ਰੇਕ, ਆਈਲ ਟੇਕ ਮੋਰ ਕਾਲਸ, ਡੂ ਨਾਟ ਗੋ ਐਨੀਵੇਅਰ। ਵੈਲਕਮ ਬੈਕ, ਬਹੁਤ ਕੁਇਕਲੀ ਮੈਂ ਕੁਝ ਕਾਲਸ ਲੈਂਦੀ ਹਾਂ, ਬਰੀਫ ਵਿੱਚ ਆਪਣੀ ਗੱਲ ਕਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਰਮਜੀਤ ਲਈ ਕੁਇਕਲੀ 30 seconds। ਹਾਂਜੀ ਅਰੁਣ ਜੀ, ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇੰਨੇ ਚੰਗੇ ਚੰਗੇ ਟੌਪਿਕ ਲਿਆ ਕੇ ਜਿਹੜੇ ਤੁਸੀਂ ਸਾਡੇ ਦਿਮਾਗਾਂ ਦੀਆਂ ਵੱਜੀਆਂ ਗੰਢਾਂ ਖੋਲਦੇ ਹਨ, ਉਹਦੇ ਲਈ ਥੈਂਕ ਯੂ ਸੋ ਮੱਚ। ਬਹੁਤ ਸੋਹਣੇ ਟੌਪਿਕ ਲੈ ਕੇ ਆਉਂਦੇ ਹਾਂ, ਬਹੁਤ ਸਾਨੂੰ ਹੈਲਪ ਮਿਲਦੀ ਹੈ, ਬਹੁਤ ਕੁਛ ਲਰਨ ਕਰਨ ਨੂੰ ਮਿਲਦਾ। ਅੱਜ ਲਈ ਬਸ ਮੈਂ ਇੰਨਾ ਹੀ ਕਹੂੰਗੀ, ਕਿਉਂਕਿ ਜੋ ਪਹਿਲਾਂ ਕਾਲਰ ਕਹਿ ਕੇ ਗਏ ਹੈ ਕਿ ਬੱਚਿਆਂ ਨੂੰ ਪਿਆਰ ਕਰੋ, ਬਾਕੀ ਜੋ ਉਹਨਾਂ ਦੇ ਕਰਮਾਂ ਦਾ ਹੈਗਾ ਉਹਨਾਂ ਨੂੰ ਮਿਲਣਾ ਹੀ ਆ, ਬਸ ਆਪਣਾ ਫਰਜ਼ ਬਣਦਾ ਬੱਚਿਆਂ ਨੂੰ ਪਿਆਰ ਕਰਨਾ, ਚੰਗੀ ਐਜੂਕੇਸ਼ਨ ਦੇਣਾ, ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨਾ। ਜੋ ਉਹਨਾਂ ਦੇ ਸੰਜੋਗ ਆ ਉਹ ਹੋਣੇ ਹੋਣੇ ਆ, ਸੰਜੋਗਾਂ ਦੇ ਹਿਸਾਬ ਨਾਲ ਜੋ ਕਰਮ ਆ ਉਹਨਾਂ ਦਾ ਕਰਮਾਂ ਦਾ ਫਲ ਉਹਨਾਂ ਨੂੰ ਮਿਲਣਾ ਹੀ ਆ। ਜੇ ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਹਰ ਜਗ੍ਹਾ 'ਤੇ ਆ, ਫਿਰ ਜੋ ਜਿਹੜਾ ਵੀ ਜੀਵਨ ਸਾਥੀ ਉਹ ਚੂਜ਼ ਕਰਦੇ ਉਹ ਵੀ ਤਾਂ ਉਹਨਾਂ ਨੂੰ ਪਰਮਾਤਮਾ ਨੇ ਹੀ, ਪਰਮਾਤਮਾ ਹੀ ਵੱਸਦਾ ਸ਼ਾਇਦ, ਉਹੀ ਉਹਨਾਂ ਦੇ ਸੰਜੋਗ ਬਣਾਉਂਦਾ, ਉਹੀ ਉਹਨਾਂ ਦੇ ਦਿਮਾਗ ਚਲਾਉਂਦਾ। ਤਾਂ ਬਸ ਮੈਂ ਇਹੀ ਕਹੂੰਗੀ ਵੀ ਜਿੰਨਾ ਵੀ ਹੋ ਸਕਦਾ ਬੱਚਿਆਂ ਨੂੰ ਪਿਆਰ ਕਰੋ, ਰਿਸਪੈਕਟ ਦਿਓ, ਤੇ ਆਪਣੇ ਵੱਲੋਂ ਉਹਨੂੰ ਐਜੂਕੇਸ਼ਨ ਦੇ ਕੇ ਉਹਨੂੰ ਆਪਣੇ ਪੈਰਾਂ 'ਤੇ ਖੜਾ ਕਰੋ। ਆਪਣੀ ਨਿੱਜੀ ਆਪਣੀ ਸੰਪੱਤੀ ਨਹੀਂ ਹੁੰਦੇ ਬੱਚੇ, ਪਰਮਾਤਮਾ ਵੱਲੋਂ ਆਏ ਹੁੰਦੇ, ਉਹਨਾਂ ਦੇ ਆਪਣੇ ਕਰਮ ਨਾਲ ਲੈ ਕੇ ਆਏ ਹੁੰਦੇ। ਥੈਂਕ ਯੂ ਸੋ ਮੱਚ ਕਰਮਜੀਤ, ਬਿਲਕੁਲ। ਇਹਨਾਂ ਨੂੰ ਪੁੱਛ ਲੈਂਦੇ ਹਾਂ ਕੁਇਕਲੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। 30 seconds ਹਰਵਿੰਦਰ ਜੀ ਦੱਸੋ। ਮੈਂ ਇਹ ਕਹਿਣਾ ਸੀ, ਮੈਂ ਕਿਹਾ ਅਸੀਂ ਬੱਚਿਆਂ ਨੂੰ ਪ੍ਰੋਪਰਟੀ ਨਾ ਸਮਝੀਏ। ਪਹਿਲੇ ਪ੍ਰੋਪਰਟੀ ਸਮਝਦੇ ਸੀ ਤੇ ਲੋਕੀ ਕਰਦੇ ਸੀ, ਤੇ ਅਸੀਂ ਸੋਸਾਇਟੀ ਦੀ ਪਰਵਾਹ ਨਾ ਕਰੀਏ, ਬੱਚੇ ਤੇ ਟਰਸਟ ਕਰੀਏ, ਜੋ ਕਹਿੰਦਾ ਉਹਨੂੰ ਕਰਨ ਦਈਏ। ਤੇ ਇੱਥੇ ਕਿਸੇ ਨੇ ਕਿਸੇ ਕਾਲੀ ਨਾਲ ਵਿਆਹ ਕਰ ਲਿਆ ਤੇ ਕੋਈ ਉਹਨੂੰ ਆ ਕੇ ਕਹਿੰਦਾ ਤੇਰੀ ਕੁੜੀ ਨੇ ਕਾਲੀ ਨਾਲ ਵਿਆਹ ਕਰ ਲਿਆ, ਉਹਦੇ ਫਾਦਰ ਦਾ ਜਵਾਬ ਕਹਿੰਦਾ ਫਿਰ ਕੀ ਹੋ ਗਿਆ, ਕਾਲੀ ਨਾਲ ਵਿਆਹ ਕਰ ਲਿਆ, ਮੇਰੇ ਮੁੰਡੇ ਨੇ ਸੋਹਣਾ ਉਹਦੇ ਨਾਲ, ਮੈਂ ਕਿਹੜਾ ਉਹਦੇ ਨਾਲ ਸੋਹਣਾ, ਮੇਰੇ ਮੁੰਡੇ ਨੂੰ ਪਸੰਦ ਹੈ ਉਹਨੇ ਕਰ ਲਈਏ। ਸੋ ਵੀ ਹੈਵ ਟੂ ਉਹਨਾਂ ਦੀ ਕਰੀਏ ਟਰੱਸਟ ਬੱਚਿਆਂ ਨੂੰ, ਜੇ ਉਹਨੇ ਕੀਤਾ ਉਹਨੂੰ ਕਰਨ ਦਈਏ। ਇਸ ਤਰ੍ਹਾਂ ਇੱਕ ਹੋਰ ਮੁੰਡਾ ਹੈਗਾ, IT ਦਾ ਮੁੰਡਾ, ਕਾਗਜ਼ਾਂ ਤੇ ਡਾਈਵੋਰਸ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ, ਉਹਦੀ ਮਾਂ ਮੰਨ ਨਹੀਂ ਰਹੀ, ਮੈਨੂੰ ਕਹਿੰਦਾ ਆਂਟੀ ਮੇਰੀ ਮੰਮੀ ਨੂੰ ਇੰਡੀਆ ਫੋਨ ਕਰੋ ਮੈਨੂੰ ਕਰਨ ਦੇਵੇ ਵਿਆਹ। ਸੋ ਉਹ ਕਹਿੰਦੀ ਤੂੰ ਮੈਂ ਕਰਨ ਨਹੀਂ ਦੇਣਾ। ਸੋ ਇਟਸ ਡਿਪੈਂਡ ਕਰਦਾ ਪੇਰੈਂਟਸ ਤੇ, ਅਸੀਂ ਉਹਨਾਂ ਨੂੰ ਇਹੀ ਕਹੀਏ ਕਿ ਬੱਚੇ ਗਲਤ ਨਹੀਂ ਲੈਣਗੇ ਦੁਸੀਆਂ, ਉਹਨਾਂ ਨੂੰ ਕਰਨ ਦਈਏ। ਥੈਂਕ ਯੂ ਸੋ ਮੱਚ, ਥੈਂਕ ਯੂ, ਰੀਅਲੀ ਐਪਰੀਸ਼ੀਏਟ। ਹੋਈ ਕਿ ਸੰਪੱਤੀ ਪ੍ਰੋਪਰਟੀ ਨਾ ਸਮਝੋ ਆਪਣੀ, ਵੀ ਡੋਂਟ ਓਨ ਦੈਮ, ਦੇ ਕੇਮ ਥਰੂ ਅਸ ਬਟ ਦੇ ਡੋਂਟ, ਦੇ ਨੋਟ ਲਾਈਕ, ਕੀ ਕਹਿੰਦੇ ਆ ਉਹਨੂੰ, ਉਹੀ ਸੁਰਿੰਦਰ ਜੀ ਵਾਲਿਆ ਵਾਲੀ ਗੱਲ ਕਿ ਅਸੀਂ ਉਹਨਾਂ ਦੇ ਪੇਰੈਂਟਸ ਬਣੀਏ, ਰੱਬ ਨਹੀਂ। ਬਹੁਤ ਐਕਸਟ੍ਰੀਮਸ ਵਿੱਚ ਪੇਰੈਂਟਸ ਜਾਂਦੇ ਹੈ। ਇੱਕ ਐਗਜ਼ਾਮਪਲ ਮੈਂ ਤੁਹਾਨੂੰ ਨਿਊਜ਼ 'ਚੋਂ ਦੱਸਿਆ ਸੀ, ਹੋਰ ਵੀ ਬੜੇ ਸਾਰੇ ਹੈ ਜਿਹੜੇ ਸ਼ੌਕਿੰਗ ਹੈ ਕਿ ਕਿੰਨੀ ਐਕਸਟ੍ਰੀਮਸ ਪੇਰੈਂਟਸ ਜਾਂਦੇ ਹੈ ਜਦੋਂ ਉਹਨਾਂ ਦੀ ਗੱਲ ਨਹੀਂ ਪੂਰੀ ਹੋ ਰਹੀ ਹੁੰਦੀ। ਮਤਲਬ ਮੈਂ ਉਹ ਵੀ ਹੈਗਾ ਇੱਕ ਕੇਸ ਜਿਹੜੇ 'ਚ ਵਿਆਹ ਤੋਂ ਬਾਅਦ ਉਹਨਾਂ ਨੇ ਬਹੁਤ ਜ਼ਬਰਦਸਤੀ ਕੀਤੀ ਕਿ ਵਿਆਹ ਟੁੱਟੇ, ਫਿਰ ਉਸ ਮੁੰਡੇ ਨੂੰ ਗਲਤ ਇਲਜ਼ਾਮ ਦੇ ਵਿੱਚ ਜੇਲ੍ਹ ਕਰਾਇਆ ਹੋਇਆ, ਉਹ ਜੇਲ੍ਹ 'ਚ ਬਿਠਾਇਆ ਹੋਇਆ।
ਕੁੜੀ ਨੂੰ ਕਿਹਾ ਹੋਇਆ ਵੀ ਜੇਲ੍ਹ 'ਚ ਪਹਿਲੇ ਕਹਿੰਦੇ ਰਹੇ ਜੇਲ੍ਹ ਕਰਾ ਦਾਂਗੇ ਜੇ ਤੂੰ ਉਹਨੂੰ ਇਹਦੇ ਨਾਲ ਤੋੜ ਕੇ ਦੂਜੇ ਪਾਸੇ ਨਹੀਂ ਕਰਦੀ, ਮਤਲਬ ਐਕਸਟ੍ਰੀਮਸ ਹੈਗੇ ਆ ਕੇਸਿਸ ਵਿੱਚ ਇਜ਼ ਰੀਅਲੀ ਸੈਡ, ਬਟ ਉਹੀ ਸਾਰਿਆਂ ਨੂੰ ਵਾਹਿਗੁਰੂ ਸਮਤ ਦੇ, ਸ਼ਾਇਦ ਜੋ ਜਿਸ ਵੇਲੇ ਕਰ ਰਿਹਾ ਹੁੰਦਾ ਉਹਨਾਂ ਨੂੰ ਇੰਨਾ ਨਹੀਂ ਸਮਝ ਆ ਰਹੀ ਹੁੰਦੀ ਕਿ ਉਹ ਕੀ ਭਲਾ ਕਰ ਰਹੇ ਨੇ ਕੀ ਕਰ ਰਹੇ ਨੇ, ਪਰ ਇੰਝ ਦੀਆਂ ਗੱਲਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਕਿ ਬੱਚਿਆਂ ਨੂੰ ਜਿਵੇਂ ਪਹਿਲੇ ਉਹੀ ਇਟ ਹੈਜ਼ ਟੂ ਸਟਾਰਟ ਅਰਲੀ, ਛੋਟੇ ਹੁੰਦੇ ਤੋਂ ਕਮਿਊਨੀਕੇਸ਼ਨ ਓਪਨ ਰੱਖੀਏ, ਜਿਵੇਂ ਅਸੀਂ ਪਹਿਲੇ ਕਹਿ ਰਹੇ ਸੀ ਓਪਨ ਰੱਖੀਏ, ਔਰ ਆਪਣੀ ਜਿਹੜੀ ਮਨ ਦੀ ਗੱਲ ਹੈ ਨਾ ਉਹ ਕਨਵੇ ਕਰਦੇ ਰਹੀਏ ਵੀ ਹਾਂ ਇਹ ਸਾਡਾ ਦਿਲ ਹੈ, ਬਾਕੀ ਜੋ ਤੁਸੀਂ ਕਹੋਗੇ, ਔਰ ਵੰਸ ਦੇ ਆਰ ਅਡਲਟ ਇਨ ਸਪਾਈਟ ਆਫ ਡੂਇੰਗ ਆਲ ਦੈਟ, ਅਗਰ ਅਡਲਟ ਹੋ ਕੇ ਉਹ ਕੁਛ ਚੁਣਦੇ ਨੇ ਤਾਂ ਫਿਰ ਉਹਨਾਂ ਦੀ ਜਿਹੜੀ ਪਸੰਦ ਹੈ ਉਹਨਾਂ ਨੂੰ ਟਰੱਸਟ ਵੀ ਕਰਨਾ ਪਏਗਾ। ਪੇਰੈਂਟ ਤਾਂ ਬਣਾਂਗੇ, ਪਤਾ ਕਰ ਲਓ ਜਿਵੇਂ ਗਿਆਨ ਸਿੰਘ ਜੀ ਨੇ ਕੀਤਾ, ਉਹਦੇ ਬੰਦੇ ਦੇ ਬਾਰੇ ਪਤਾ ਕਰ ਲਓ, ਕੁੜੀ ਦੇ ਬਾਰੇ, ਪੈਫੈਮ ਪਤਾ ਕਰਕੇ ਉਹਨਾਂ ਦੇ ਸਾਹਮਣੇ ਫੈਕਟਸ ਨੂੰ ਰੱਖੋ, ਪਰ ਡਿਸੀਜਨ ਫਿਰ ਵੀ ਉਹਨਾਂ ਨੂੰ ਲੈਣ ਦਿਓ। ਅੱਜ ਵਾਸਤੇ ਇੰਨਾ ਹੀ, ਥੈਂਕ ਯੂ ਫੋਰ ਜੁਆਇਨਿੰਗ, ਸਤਿ ਸ਼੍ਰੀ ਅਕਾਲ।